ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਤੇ ਉਹਨਾਂ ਵੱਲੋਂ ਦਿੱਤੇ ਹੋਏ ਉਪਦੇਸ਼ਾਂ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਜੀ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਹੀ ਸੰਗਤ ਦਸ਼ਮੇਸ਼ ਪਿਤਾ ਸਰਬੰਸਦਾਨੀ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਆਰਾ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਬੜੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਰੋਜ਼ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਦੇ ਹਾਂ, ਗੁਰਦੇਵ ਜੀ ਨੇ ਕਿਰਪਾ ਕੀਤੀ ਆਰੰਭ ਦੇ ਅੰਦਰ ਹੀ ਸਾਨੂੰ ਦੋ ਸਲੋਕ ਬਖਸ਼ਿਸ਼ ਕੀਤੇ ਹਨ। ਪਹਿਲਾ ਸਲੋਕ ਪਹਿਲੇ ਪਾਤਸ਼ਾਹ ਹੈ ਤੇ ਦੂਜਾ ਸਲੋਕ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਦਾ ਹੈ। ਸਤਿਗੁਰੂ ਆਰੰਭ ਵਿੱਚ ਇਹ ਵਚਨ ਆਖਦੇ ਨੇ ਕਿ ਐਸੇ ਗੁਰੂ ਤੋਂ ਮੈਂ ਬਲਿਹਾਰ ਜਾਂਦਾ, ਸਦਾ ਲਈ ਬਲਿਹਾਰ ਜਾਂਦਾ, ਜਿਹੜੇ ਗੁਰੂ ਨੇ ਮੇਰੇ ਅੰਦਰ ਦੇ ਅੰਧਕਾਰ ਨੂੰ ਮਿਟਾ ਕਰਕੇ ਮੈਨੂੰ ਆਮ ਜਿਹੇ ਮਨੁੱਖ ਨੂੰ ਅੰਦਰ ਦਾ ਦੀਵਾ ਜਗਾ ਕਰਕੇ ਦੇਵਤਾ ਬਣਾ ਦਿੱਤਾ। ਗੁਰੂ ਦੀ ਪਾਵਨ ਬਾਣੀ ਦਾ ਵਚਨ ਹੈ ਬਲਿਹਾਰੀ ਗੁਰੇ ਆਪਣੇ ਦਿਉਹਾਰੀ ਸਤ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਇੱਥੇ ਵਾਰ ਸ਼ਬਦ ਦਾ ਅਰਥ ਹੈ ਦੇਵ। ਗੁਰੂ ਨੂੰ ਇਸ ਕਾਰਜ ਵਿੱਚ ਕਰਨ ਵਿੱਚ ਦੇਰੀ ਨਹੀਂ ਲੱਗੀ। ਦੇਰੀ ਸਾਡੇ ਵਿੱਚ ਹੋ ਸਕਦੀ ਹੈ ਗੁਰੂ ਕੋਲ ਆਉਣ ਵਿੱਚ, ਪਰ ਗੁਰੂ ਕੋਲ ਕੋਈ ਦੇਰੀ ਨਹੀਂ। ਗੁਰੂ ਆਮ ਮਨੁੱਖ ਨੂੰ ਦੇਵਤਾ ਬਣਾ ਦਿੰਦਾ। ਤੁਸੀਂ ਇਤਿਹਾਸ ਗੁਰੂ ਨਾਨਕ ਜੀ ਦਾ ਸਰਵਣ ਕਰਦੇ ਹੋ ਤੇ ਮੈਂ ਛੋਟੀ ਜਿਹੀ ਉਦਾਹਰਣ ਦਿਆਂ। ਸੱਜਣ ਠੱਗ ਨੂੰ ਸੱਜਣ ਬਣਾਉਣ ਵਿੱਚ ਗੁਰੂ ਨਾਨਕ ਨੂੰ ਕੋਈ ਬਹੁਤਾ ਸਮਾਂ ਨਹੀਂ ਲੱਗੇ। ਮੈਂ ਆਖਾਂਗਾ ਕਿ ਅੱਧਾ ਪੌਣੇ ਘੰਟੇ ਦਾ ਉਹ ਸਮਾਂ ਹੋਏਗਾ ਜਿਹਦੇ ਵਿੱਚ ਗੁਰੂ ਨਾਨਕ ਜੀ ਨੇ ਇੱਕ ਸ਼ਬਦ ਸੁਣਾ ਕੇ ਉਹਦੇ ਅੰਦਰ ਦੀ ਠੱਗੀ ਨੂੰ ਕੱਢ ਕੇ ਉਹਨੂੰ ਭਾਈ ਸੱਜਣ ਬਣਾ ਦਿੱਤਾ। ਐਵੇਂ ਕਿੰਨੇ ਹੀ ਹਨ ਸੰਸਾਰ ਦੇ ਵਿੱਚ ਉਸ ਵੇਲੇ ਵੀ ਤੇ ਅੱਜ ਵੀ ਜਿਹੜੇ ਗੁਰੂ ਦੇ ਉਪਦੇਸ਼ ਨਾਲ ਜੁੜ ਕਰਕੇ ਆਤਮਿਕ ਗਿਆਨ ਦੇ ਨਾਲ ਭਰਪੂਰ ਹੋ ਕੇ ਆਪਣੇ ਆਮ ਜਿਹੇ ਜੀਵਨ ਨੂੰ ਗਿਆਨ ਦਾ ਚਾਨਣ ਦੇ ਕਰਕੇ ਦੇਵਤਾ ਬਣਾ ਦਿੰਦੇ ਹਨ। ਸਤਿਗੁਰੂ ਕਹਿੰਦੇ ਨੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਅਗਲਾ ਸਲੋਕ ਹੈ ਧੰਨ ਗੁਰੂ ਅੰਗਦ ਦੇ ਪਾਤਸ਼ਾਹ। ਸਤਿਗੁਰੂ ਕਹਿੰਦੇ ਨੇ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਲ ਹੋਰ ਅੰਧਾਰ। ਮਨੁੱਖ ਦੇ ਕੋਲ ਬਾਹਰੀ ਗਿਆਨ ਜਿੰਨਾ ਮਰਜ਼ੀ ਹੋ ਜਾਏ, ਬਾਹਰੀ ਤੌਰ ਤੇ ਉਹ ਇੰਨਾ ਗਿਆਨੀ ਹੋ ਜਾਏ, ਜੇ ਸੌ ਚੰਦਾ ਉਗਵੈ ਜਿਵੇਂ ਸੈਂਕੜੇ ਚੰਦਰਮਾ ਉਗ ਪੈ ਤੇ ਹਜ਼ਾਰਾਂ ਸੂਰਜ ਚੜ ਜਾਣ, ਇੰਨਾ ਕੁ ਚਾਨਣ ਮਨੁੱਖ ਦੀ ਜ਼ਿੰਦਗੀ ਚ ਆ ਜਾਏ, ਇੰਨਾ ਕੁ ਗਿਆਨ ਮਨੁੱਖ ਦੀ ਜ਼ਿੰਦਗੀ ਚ ਆ ਜਾਏ ਬਾਹਰੀ ਤੌਰ ਤੇ, ਪਰ ਜੇ ਆਤਮਿਕ ਤੌਰ ਤੇ ਸੱਚਾ ਗੁਰੂ ਨਹੀਂ ਨਾ ਸਾਡੇ ਕੋਲ ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਨੇ ਏਤੇ ਚਾਨਣ ਹੁੰਦੇ ਆ ਗੁਰਬਿਨ ਹੋਰ ਅੰਧਾਰ। ਫਿਰ ਗੁਰੂ ਤੋਂ ਬਿਨਾਂ ਅੰਧਕਾਰ, ਗੁਰੂ ਤੋਂ ਬਿਨਾਂ ਅੰਧਕਾਰ ਹੈ, ਗੁਰੂ ਤੋਂ ਬਿਨਾਂ ਸੋਝੀ ਨਹੀਂ ਆਏਗੀ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਵੀ ਕਿਰਪਾ ਕੀਤੀ
ਜਦੋਂ ਉਹਨਾਂ ਨੇ ਵੀ ਗੁਰੂ ਦੀ ਗੱਲ ਆਖੀ, ਕਿਹਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਉਸ ਵੇਲੇ ਦੇ ਹਾਲਾਤਾਂ ਨੂੰ ਵੇਖੋ, ਜਦੋਂ ਗੁਰੂ ਨਾਨਕ ਜੀ ਦਾ ਹਲੇ ਪ੍ਰਕਾਸ਼ ਨਹੀਂ ਹੋਇਆ ਤੇ ਉਹ ਉਹਨਾਂ ਹਾਲਾਤਾਂ ਨੂੰ ਵੇਖ ਕੇ ਇੱਕ ਪੰਕਤੀ ਲਿਖਦੇ ਨੇ, ਥੰਮੇ ਕੋਏ ਨਾ ਸਾਧ ਬਿਨ ਸਾਧਨਾ ਦੀਸੈ ਜਗ ਵਿੱਚ ਕੋਲ। ਜਿਹਨੇ ਆਪਣੇ ਅੰਦਰ ਨੂੰ ਸਾਧਿਆ ਹੋਵੇ, ਇਹੋ ਜਿਹਾ ਸਾਧ ਇਹੋ ਜਿਹਾ ਗੁਰੂ ਸੰਸਾਰ ਵਿੱਚ ਉਸ ਵੇਲੇ ਕੋਈ ਨਹੀਂ ਸੀ ਦਿਖ ਰਿਹਾ। ਜਦੋਂ ਧਾਰਮਿਕ ਤੌਰ ਤੇ ਹਾਲਤ ਮਾੜੀ ਸੀ, ਸਮਾਜਿਕ ਤੌਰ ਤੇ ਮਨੁੱਖਤਾ ਦੀ ਹਾਲਤ ਮਾੜੀ ਸੀ, ਤੇ ਜਦੋਂ ਸਾਧ ਸੰਗਤ ਦੀ ਰਾਜਨੀਤਿਕ ਤੌਰ ਤੇ ਮਨੁੱਖਤਾ ਦੀ ਹਾਲਤ ਮਾੜੀ ਸੀ ਨਾ, ਉਸ ਵੇਲੇ ਕੋਈ ਸੇਧ ਦੇਣ ਵਾਲਾ, ਕੋਈ ਸੱਚ ਦੇ ਰਾਹ ਤੇ ਤੋਰਨ ਵਾਲਾ, ਕੋਈ ਸਹੀ ਗਿਆਨ ਦੇਣ ਵਾਲਾ, ਕੋਈ ਸੱਚਾ ਗੁਰੂ ਨਹੀਂ ਸੀ ਮਿਲ ਰਹੇ। ਉਸ ਵੇਲੇ ਦੇ ਹਾਲਾਤ ਕੁਝ ਇਹੋ ਜਿਹੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵੀ ਦਰਜ ਕੀਤਾ ਹੋਏ। ਸਭ ਤੋਂ ਪਹਿਲਾਂ ਮੈਂ ਧਾਰਮਿਕ ਹਾਲਾਤਾਂ ਦੀ ਗੱਲ ਕਰਾਂ। ਭਾਵੇਂ ਪਹਿਰਾਵਾ ਧਰਮ ਦਾ ਸੀ ਉਸ ਵੇਲੇ, ਭਾਵੇਂ ਧਾਰਮਿਕ ਤੌਰ ਦੇ ਉੱਤੇ ਗ੍ਰੰਥ ਵੀ ਪੜ੍ਹੇ ਜਾ ਰਹੇ ਸਨ, ਪਰ ਯਾਦ ਰੱਖਿਓ, ਜਿਹੜਾ ਧਰਮ ਕਮਾਉਣ ਦੀ ਗੱਲ ਸੀ ਨਾ, ਧਰਮ ਦੀ ਕਮਾਈ ਨਹੀਂ ਸੀ ਹੋ ਰਹੀ। ਮਨੁੱਖ ਬਾਹਰੀ ਤੌਰ ਤੇ ਚਿੰਨ ਵੀ ਧਾਰਮਿਕ ਪਹਿਨਦਾ ਸੀ, ਬਾਹਰੀ ਤੌਰ ਤੇ ਉਹਦਾ ਪਹਿਰਾਵਾ ਵੀ ਧਰਮੀ ਸੀ, ਉਹਦੇ ਕੋਲ ਗ੍ਰੰਥ ਵੀ ਸਨ, ਉਹ ਪੜ੍ਹਦਾ ਵੀ ਸੀ, ਪਰ ਜਦੋਂ ਉਸ ਧਰਮੀ ਨੂੰ ਧਰਮ ਕਮਾਉਣ ਦਾ ਸਮਾਂ ਆਉਂਦਾ ਸੀ, ਉਦੋਂ ਧਰਮ ਨਹੀਂ ਸੀ ਕਮਾ ਰਹੇ। ਫਿਰ ਕੀ ਕਰ ਰਿਹਾ ਸੀ? ਗੁਰੂ ਨਾਨਕ ਦੀਆਂ ਪਾਵਨ ਪੰਕਤੀਆਂ ਨੂੰ ਪੜ੍ਹੀਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਕਾਦੀ ਕੂੜ ਬੋਲ ਮਲ ਖਾਏ। ਉਸ ਵੇਲੇ ਮੁਗਲ ਰਾਜ ਸੀ, ਤੇ ਮੁਗਲ ਰਾਜ ਵਿੱਚ ਜਿਹੜਾ ਕਾਜ਼ੀ ਸੀ, ਉਸ ਵੇਲੇ ਦਾ ਮੁੱਖ ਜੱਜ ਕਹਿ ਲਈਏ ਹੁੰਦਾ ਸੀ, ਉਹਦੇ ਹੱਥ ਵਿੱਚ ਸੀ। ਜਿੱਥੇ ਉਹ ਧਾਰਮਿਕ ਤੌਰ ਤੇ ਉੱਤੇ ਮੁੱਖ ਆਗੂ ਸੀ, ਉੱਥੇ ਸਾਰੇ ਫੈਸਲੇ ਜਿਹੜੇ ਸੀ ਨਾ, ਉਹ ਕਾਜ਼ੀ ਦੇ ਹੱਥ ਵਿੱਚ ਹੁੰਦੇ ਸਨ। ਹੁਣ ਕਾਜ਼ੀ ਪੰਜ ਵਕਤ ਦਾ ਨਵਾਜੀ ਵੀ ਹੈ, ਕਾਜ਼ੀ ਕੋਲ ਕੁਰਾਨ ਵੀ ਹੈ, ਐਦਾਂ ਵੀ ਨੇ, ਉਹ ਸਭ ਕੁਝ ਜਾਣਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਦਾ ਧਾਰਮਿਕ ਆਗੂ ਹੋਣ ਦੇ ਬਾਵਜੂਦ ਕਾਜ਼ੀ ਕੂੜ ਬੋਲ, ਕਾਜ਼ੀ ਕੂੜ ਬੋਲ ਰਿਹਾ ਸੀ, ਝੂਠ ਬੋਲ ਰਿਹਾ ਸੀ, ਤੇ ਝੂਠ ਝੂਠੇ ਫੈਸਲੇ ਸੁਣਾਉਂਦਾ ਸੀ, ਤੇ ਮਲ ਖਾਏ। ਮਲ ਖਾਣ ਦਾ ਅਰਥ ਹੁੰਦਾ ਹੈ ਰਿਸ਼ਵਤ ਖਾ ਰਿਹਾ ਸੀ। ਰਿਸ਼ਵਤ ਖਾ ਕੇ ਨਾ ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਕਰਨ ਦਾ ਕੰਮ ਕਾਜ਼ੀ ਕਰ ਰਿਹਾ ਸੀ। ਕਾਜ਼ੀ ਕੂੜ ਬੋਲ ਮਲ ਖਾਈ। ਬ੍ਰਾਹਮਣ ਨਾਵੇ ਜੀਆ ਘਾਏ, ਨਾਵੇ ਦਾ ਅਰਥ ਹੁੰਦਾ ਬ੍ਰਾਹਮਣ ਜਿਹੜਾ ਸੀ, ਹੈ ਉਹ ਧਾਰਮਿਕ ਆਗੂ ਹੈ, ਪਰ ਉਹਨੇ ਦੋ ਹੀ ਕੰਮ ਸਿਖਾਏ, ਯਾ ਤਾਂ ਤੀਰਥ ਦੀ ਯਾਤਰਾ, ਤੀਰਥ ਦਾ ਇਸ਼ਨਾਨ, ਤੇ ਦੂਜਾ ਜਿਹੜੇ ਸ਼ੂਦਰ ਨੇ ਉਹਨਾਂ ਨੂੰ ਲਤਾੜਨਾ, ਤੇ ਵੱਖ ਵੱਖ ਜੀਵਾਂ ਦੀਆਂ ਬਲੀਆਂ ਦੇ ਕੇ ਪਾਪ ਪੁੰਨ ਦੇ ਨਾਲ ਜੋੜਨਾ। ਬਸ ਹੋਰ ਅੱਗੇ ਦਾ ਕਾਰਜ ਕੋਈ ਨਹੀਂ ਕਰ ਰਿਹਾ। ਰੱਬੀ ਨਾਮ ਨਾਲ, ਚੰਗੇ ਗੁਣਾਂ ਨਾਲ ਬ੍ਰਾਹਮਣ ਵੀ ਨਹੀਂ ਸੀ ਜੋੜ ਰਿਹਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੋਗੀ ਜੁਗਤਨ ਜਾਣੇ ਅੰਧ। ਜਿਹੜੇ ਜੋਗੀ ਸੀ ਨਾ, ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ, ਜੋਗ ਦਾ ਅਰਥ ਹੁੰਦਾ ਜੁੜਨਾ, ਤੇ ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ। ਪਰ ਜੋਗੀ ਜਿਹੜਾ ਸੀ ਨਾ, ਉਹਨੇ ਵੀ ਧਾਰਮਿਕ ਲਿਬਾਸ ਤਾਂ ਪਹਿਨੇ ਆ, ਉਹਨੇ ਆਪਣੇ ਆਪ ਨੂੰ ਸੰਸਾਰ ਨਾਲੋਂ ਤੋੜ ਕੇ ਜੰਗਲਾਂ ਪਰਬਤਾਂ ਪਹਾੜਾਂ ਵਿੱਚ ਜਾ ਕੇ ਆਪਣੇ ਆਪ ਨੂੰ ਬਿਠਾ ਲਿਆ। ਤੇ ਤੁਸੀਂ ਕਦੇ ਬਾਣੀ ਨੂੰ ਪੜ੍ਹਿਓ, ਸਤਿਗੁਰੂ ਦੀ ਸਭ ਤੋਂ ਵੱਧ ਜੇ ਚਰਚਾ ਹੋਈ ਹੈ ਤੇ ਜੋਗੀਆਂ ਨਾਲ ਹੋਈ। ਸਿੱਧ ਗੋਸ਼ਟ ਇੱਕ ਵਿਸ਼ੇਸ਼ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹਦੇ ਅੰਦਰ ਲਗਭਗ 78 ਸਵਾਲ ਜੋਗੀਆਂ ਨੇ ਗੁਰੂ ਨਾਨਕ ਨੂੰ ਕੀਤੇ ਨੇ, ਤੇ ਗੁਰੂ ਨਾਨਕ ਨੇ ਉਹਨਾਂ ਸਵਾਲਾਂ ਦੇ ਜਵਾਬ ਵੀ ਦਿੱਤੇ ਹੋਏ। ਜਪਜੀ ਸਾਹਿਬ ਦੀ ਤੁਸੀਂ ਬਾਣੀ ਪੜ੍ਹਦੇ ਹੋ, ਜਪਜੀ ਸਾਹਿਬ ਵਿੱਚ ਜੇ ਬਹੁਤਾ ਨਹੀਂ ਤੇ ਚਾਰ ਪੌੜੀਆਂ ਜਿਹੜੀਆਂ ਆਦੇਸ਼ ਵਾਲੀਆਂ ਨੇ,
ਉਹ ਜੋਗੀਆਂ ਦੇ ਨਾਲ ਹੀ ਚਰਚਾ ਦਿਖਾਉਂਦੀਆਂ ਨੇ, ਜਿਹਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਚਿੰਨਾਂ ਦੀ ਸਿਧਾਂਤ ਦੀ ਗੱਲ ਸਮਝਾਉਂਦੇ ਹਨ ਸਾਨੂੰ ਨਜ਼ਰ ਆਉਣਗੇ। ਜੋਗੀ ਜਿਹੜੇ ਸੀ ਨਾ, ਉਹ ਗ੍ਰਹਿਸਥ ਛੱਡ ਕੇ, ਪਰਿਵਾਰ ਛੱਡ ਕੇ, ਸਾਧ ਸੰਗਤ ਆਪਣੇ ਆਪ ਨੂੰ ਰੱਬ ਨਾਲ ਮਿਲਾਉਣ ਲਈ ਜੰਗਲਾਂ ਪਰਬਤਾਂ ਵਿੱਚ ਜਾ ਕੇ ਛੁਪ ਗਏ। ਪਰ ਮੇਰੇ ਸਤਿਗੁਰੂ ਨੇ ਕੀ ਆਖਿਆ, ਜੋਗੀ ਜੁਗਤ ਨਾ ਜਾਣੇ ਅੰਗ। ਉਹਨਾਂ ਨੇ ਵੀ ਉਹ ਜੁਗਤੀ ਨਹੀਂ ਜਾਣੀ ਕਿ ਸੰਸਾਰ ਵਿੱਚ ਰਹਿ ਕੇ ਕਿਵੇਂ ਨਿਰੰਕਾਰ ਦੇ ਘਰ ਤੱਕ ਪਹੁੰਚਣਾ, ਉਹ ਵੀ ਅੰਧਕਾਰ ਵਿੱਚ ਹੀ ਜੀ ਰਹੇ ਸਨ। ਹੁਣ ਇਹ ਤਿੰਨਾਂ ਦਾ ਜ਼ਿਕਰ ਕਰਕੇ ਨਾ ਗੁਰੂ ਨਾਨਕ ਨੇ ਅਗਲੀ ਪੰਕਤੀ ਉਚਾਰੀ, ਕਿਹਾ ਤੀਨੇ ਉਜਾੜੇ ਕਾ ਬੰਦ। ਦੇਖੋ ਧਰਮ ਦਾ ਅਰਥ ਹੁੰਦਾ, ਆਪਾਂ ਸਾਰੇ ਪਿੰਡਾਂ ਵਿੱਚ ਰਹਿਣ ਵਾਲੇ ਹਾਂ, ਜ਼ਿਮੀਂਦਾਰ ਜਦੋਂ ਫਸਲ ਨੂੰ ਬੀਜਦਾ ਹੈ ਨਾ, ਉਹ ਫਸਲ ਨੂੰ ਬਾਹਰੀ ਹਮਲਿਆਂ ਤੋਂ, ਜਾਨਵਰਾਂ ਤੋਂ ਬਚਾਉਣ ਲਈ ਉਸ ਫਸਲ ਨੂੰ ਉਸ ਖੇਤ ਦੇ ਆਲੇ ਦੁਆਲੇ ਵਾੜ ਕਰਦਾ। ਵਾੜ ਦਾ ਕੰਮ ਹੁੰਦਾ ਕਿ ਉਹ ਫਸਲ ਦੀ ਰਾਖੀ ਕਰਨੀ, ਫਸਲ ਨੂੰ ਜਾਨਵਰਾਂ ਤੋਂ ਬਚਾਉਣਾ ਤਾਂ ਕਿ ਕੋਈ ਫੁਜਾਰਾ ਨਾ ਪੈ ਸਕੇ। ਧਰਮ ਕੀ ਹੈ? ਧਰਮ ਇੱਕ ਵਾੜ ਸੀ ਜਿਹਨੇ ਮਨੁੱਖਤਾ ਦੀ ਫਸਲ ਨੂੰ ਬਚਾਉਣਾ ਸੀ। ਪਰ ਹੈਰਾਨੀ ਦੀ ਗੱਲ ਹੈ, ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤੇ ਫਿਰ ਉਸ ਖੇਤ ਦਾ ਰੁੱਖ ਵਾਧਾ ਕੌਣ ਹੋ ਸਕਦਾ? ਧਰਮ ਹੀ ਮਨੁੱਖਤਾ ਨੂੰ ਖਾਣ ਵਾਲਾ ਬਣ ਚੁੱਕਿਆ ਸੀ। ਤੀਨੇ ਉਜਾੜੇ ਕਾ ਬੰਦ, ਇਹ ਤਿੰਨੋਂ ਧਾਰਮਿਕ ਆਗੂ ਮਨੁੱਖਤਾ ਨੂੰ ਉਜਾੜ ਤਾਂ ਰਹੇ ਸੀ ਪਰ ਕੋਈ ਵਸਾਉਣ ਦਾ ਕੰਮ ਨਹੀਂ ਸੀ ਕਰਦੇ। ਧਾਰਮਿਕ ਹਾਲਤ ਇੰਨੀ ਨਿਘਾਰ ਹੋ ਚੁੱਕੀ ਸੀ ਕਿ ਕਵੀ ਸੰਤੋਖ ਸਿੰਘ ਨੇ ਵੀ ਇਹ ਗੱਲ ਨੂੰ ਲਿਖਿਆ ਹੋਇਆ, ਕਹਿਣ ਲੱਗੇ ਚਾਰ ਪੈਰ ਧਰਮ ਦੇ ਨੇ ਪਰ ਉਹਨਾਂ ਚਾਰਾਂ ਪੈਰਾਂ ਚੋਂ ਇੱਕ ਵੀ ਧਰਮ ਦਾ ਪੈਰ ਨਹੀਂ ਰਿਹਾ ਸੀ। ਚਾਰੇ ਪਾਸੇ ਹਾਹਾਕਾਰ ਸੀ, ਚਾਰੇ ਪਾਸੇ ਜਿਹੜੀ ਸੀ ਉਹ ਮਨੁੱਖਤਾ ਕੁਰਲਾ ਰਹੀ ਸੀ। ਹੁਣ ਜਦੋਂ ਦੂਜੇ ਪਾਸੇ ਸਮਾਜਿਕ ਹਾਲਾਤ ਦੀ ਗੱਲ ਕਰੀਏ, ਸਮਾਜਿਕ ਹਾਲਾਤ ਕਿਹੋ ਜਿਹੇ ਸਨ? ਧਿਆਨ ਕਰਿਓ, ਸਮਾਜ ਜਿਹੜਾ ਸੀ ਨਾ ਉਹ ਵੱਡੀਆਂ ਵਿੱਚ ਪਿਆ ਹੋਇਆ ਸੀ। ਸਮਾਜ ਬ੍ਰਾਹਮਣ ਖੱਤਰੀ ਵੈਸ਼ ਸ਼ੂਦ ਵਿੱਚ ਵੰਡਿਆ, ਸਮਾਜ ਸਾਧ ਸੰਗਤ ਦੀ ਸ਼ੀਆ ਸ਼ੂਨੀ ਦੇ ਭੇਦ ਵਿੱਚ ਵੰਡਿਆ ਹੋਇਆ। ਜਿਹੜੇ ਯੋਗੀ ਸੀ ਉਹਨਾਂ ਦੇ ਵੀ 11 ਅੱਗੇ ਪੰਥ ਬਣੇ ਨੇ। ਇੱਕ ਪੰਥ ਦਾ ਤਾਂ ਜ਼ਿਕਰ ਜਪਜੀ ਦੀ ਬਾਣੀ ਚ ਵੀ ਆਉਂਦਾ, ਆਈ ਪੰਥੀ ਸਗਲ ਜਮਾਤੀ ਮਨ ਕੀਤੇ ਜਗਜੀਤ। 11 ਪੰਥ ਜੋਗੀਆਂ ਦੇ ਵੀ ਬਣੇ ਹੋਏ ਸੀ, ਉਹ ਵੀ ਵੰਡੀਆਂ ਚ ਪਏ ਸਨ। ਭਾਵ ਕਿ ਸਮਾਜ ਜਿੱਥੇ ਵੰਡੀਆਂ ਚ ਪਿਆ ਉੱਥੇ ਸਮਾਜ ਦੇ ਅੱਧੇ ਅੰਗ ਭਾਵ ਇਸਤਰੀ ਦੀ ਹਾਲਤ ਵੀ ਬੜੀ ਨਿਘਾਰ ਯੋਗ ਸੀ। ਉਸ ਵੇਲੇ ਦੇ ਵਿਦਵਾਨਾਂ ਦੇ ਜਦੋਂ ਤੁਸੀਂ ਕਥਨ ਪੜੋਗੇ, ਉਹ ਲਿਖਦੇ ਨੇ ਢੋਰ ਗਵਾਰ ਪਸ਼ੂ ਸ਼ੂਦਰ ਨਾਰੀ ਇਹ ਪੰਜੋ ਤਾੜਨ ਕੇ ਅਧਿਕਾਰੀ। ਇਹ ਜਿਹੜੇ ਪੰਜੋ ਹੈ ਨਾ, ਇਹਨਾਂ ਨੂੰ ਤਾੜ ਕੇ ਰੱਖੋ। ਕੋਈ ਪੈਰ ਦੀ ਜੁੱਤੀ ਸਮਝਦਾ ਸੀ, ਕੋਈ ਆਖਦਾ ਸੀ ਵੀ ਰੱਬ ਦੀ ਬਹੁਤ ਵੱਡੀ ਗਲਤੀ ਹੈ, ਪਰ ਮੇਰੇ ਗੁਰੂ ਨਾਨਕ ਜੀ ਨੇ ਜਿੱਥੇ ਸਮਾਜ ਦੀਆਂ ਵੰਡੀਆਂ ਜੋ ਸਾਨੂੰ ਕੱਢਿਆ ਉੱਥੇ ਸਾਧ ਸੰਗਤ ਉਸ ਔਰਤ ਨੂੰ ਵੀ ਮਾਣ ਦਿੰਦਿਆਂ ਹੋਇਆਂ ਇਹ ਸ਼ਬਦ ਬੜੇ ਹੋਕਾ ਦੇ ਕੇ ਰੱਖਦੇ ਸੀ, ਸੋ ਕਿਉਂ ਮੰਦਾ ਰਾਖੀ ਹੈ ਜਿੱਤ ਜੰਮੇ ਰਾਜਾ। ਜੇ ਦੋ ਗੱਲਾਂ ਮੈਂ ਇੱਥੇ ਨਾਲ ਨਾਲ ਕਰਦਾ ਜਾਵਾਂ, ਸਿੱਖ ਧਰਮ ਦੇ ਵਿੱਚ ਪਹਿਲਾ ਸਿੱਖ ਵੀ ਇੱਕ ਔਰਤ ਹੈ, ਉਹ ਬੀਬੀ ਨਾਨਕ ਜੀ। ਤੇ ਜੇਕਰ ਯਾਦ ਰੱਖਿਓ, ਗੁਰੂ ਨਾਨਕ ਜੀ ਆਪਣੇ ਧਰਮ ਦਾ ਪ੍ਰਕਾਸ਼ ਕਰਨ ਮਨੁੱਖਤਾ ਨੂੰ ਸਹੀ ਰਾਹ ਤੇ ਸੋਧਣ ਤੁਰੇ, ਤੇ ਜਿਸ ਦਿਨ ਤੁਰੇ ਸੀ, ਮੈਂ ਆਖਾਂਗਾ ਇਹਦੇ ਚ ਕੋਈ ਅਪਕਥਨੀ ਨਹੀਂ, ਗੁਰੂ ਨਾਨਕ ਨੇ ਧਰਮ ਦਾ ਪ੍ਰਕਾਸ਼ ਕਰਨ ਲਈ ਤੁਰਨ ਲੱਗਿਆ ਜਿਹੜਾ ਨੀਂਹ ਪੱਥਰ ਹੈ ਮਨ ਨੂੰ ਬੇਬੇ ਨਾਨਕੀ ਤੋਂ ਰਖਵਾਏ, ਇੱਕ ਔਰਤ ਤੋਂ ਰਖਵਾਇਆ। ਜਦੋਂ ਭਾਈ ਫਰੰਦੇ ਪਾਸੋਂ ਰਵਾਬ ਮੰਗਾਈ ਤੇ ਉਹ ਰਵਾਬ ਬੇਬੇ ਨਾਨਕੀ ਨੇ ਆਪਣੇ ਹੱਥੀ ਭਾਈ ਮਰਦਾਨੇ ਨੂੰ ਪਕੜਾਈ ਸੀ, ਅੱਜ ਭਾਈ ਮਰਦਾਨਾ ਤੇ ਧੰਨ ਗੁਰੂ ਨਾਨਕ ਦੁਨੀਆਂ ਨੂੰ ਸੋਧਣ ਤੁਰੇ ਸਨ। ਤੇ ਯਾਦ ਰੱਖਿਓ, ਬੇਬੇ ਨਾਨਕੀ ਦਾ ਉਸ ਵਿੱਚ ਆਰੰਭਕ ਜਿਹੜਾ ਰੋਲ ਹੈ ਉਹ ਬੜਾ ਸਲਾਹਣਯੋਗ ਹੈ ਤੇ ਬੜਾ ਉੱਚਤਾ ਦਾ ਹੈ, ਕਿਉਂਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਮਾਜ ਨੂੰ ਵੱਡੀਆਂ ਚੋਂ ਕੱਢ ਕੇ ਏਕਤਾ ਦੇ ਧਾਗੇ ਵਿੱਚ ਪਰੋ ਕੇ
ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਤੇ ਸਤ ਨੇ ਇਹ ਹੁਕਾ ਦਿੱਤਾ ਸੀ, ਸਭ ਮੈਂ ਜੋਤ, ਜੋਤ ਹੈ ਸੋਏ ਇਸ ਦੇ ਚਾਨਣ, ਸਭ ਮੈਂ ਚਾਨਣ। ਗੁਰੂ ਨਾਨਕ ਨੇ ਹੁਕਾ ਦਿੱਤਾ ਸੀ ਕਿ ਸੂਰਜ ਇੱਕ ਰੁੱਤ ਅਨੇਕ, ਨਾਨਕ ਕਰਤੇ ਕੇ ਕਿਤੇ ਵੇਸ, ਦੁਨੀਆਂ ਵਿੱਚ ਰੁੱਤਾਂ ਬਦਲ ਸਕਦੀ ਹੈ ਪਰ ਦੁਨੀਆਂ ਵਿੱਚ ਸੂਰਜ ਕਦੇ ਨਹੀਂ ਬਦਲਦਾ। ਸੂਰਜ ਭਾਵੇਂ ਗਰਮੀ ਹੋਵੇ ਤਾਂ ਵੀ ਉਹੀ ਹੈ, ਸੂਰਜ ਭਾਵੇਂ ਸਰਦੀ ਹੋਵੇ ਤਾਂ ਵੀ ਉਹੀ ਹੈ, ਸੂਰਜ ਭਾਵੇਂ ਬਸੰਤ ਦੀ ਰੁੱਤ ਆਈ, ਪੱਤ ਝੜਦੀ ਰੁੱਤ ਆਈ, ਬਰਸਾਤ ਦੀ ਰੁੱਤ ਆਈ, ਸੂਰਜ ਕਦੇ ਨਹੀਂ ਬਦਲਦਾ। ਉਸੇ ਤਰ੍ਹਾਂ ਉਹ ਪਰਮਾਤਮਾ ਇੱਕ ਹੈ, ਥਾਵਾਂ ਬਦਲ ਸਕਦੀ ਹੈ, ਬੋਲੀਆਂ ਬਦਲ ਸਕਦੀਆਂ, ਮਨੁੱਖਾਂ ਦੇ ਚਿਹਰੇ ਮੋਹਰੇ ਬਦਲ ਸਕਦੇ ਨੇ, ਸੁਭਾਅ ਬਦਲ ਸਕਦੇ ਨੇ, ਪਰ ਸਾਰਿਆਂ ਵਿੱਚ ਵਰਤਣ ਵਾਲਾ ਪਰਮਾਤਮਾ ਕੇਵਲ ਇੱਕ ਹੈ। ਇਹ ਗੁਰੂ ਨਾਨਕ ਜੀ ਨੇ ਸਿਧਾਂਤ ਦਿੱਤਾ ਤੇ ਸਮਾਜਿਕ ਹਾਲਾਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖੇ ਤੇ ਜਦੋਂ ਅਸੀਂ ਸਾਧ ਸੰਗਤ ਰਾਜਨੀਤਿਕ ਹਾਲਾਤਾਂ ਨੂੰ ਵੇਖੀ, ਰਾਜਨੀਤਿਕ ਹਾਲਾਤ ਕਿਹੋ ਜਿਹੇ, ਰਾਜੇ ਕਿਹੋ ਜਿਹੇ ਨੇ ਉਸ ਵੇਲੇ, ਰਾਜੇ ਦਾ ਕੰਮ ਹੁੰਦਾ ਜਿਹੜਾ ਪਰਜਾ ਨੂੰ ਸਾਂਭਣ ਦਾ ਹੋਵੇ, ਜਿਹੜਾ ਸਹੀ ਰਾਹ ਤੇ ਆਪਣੀ ਪਰਜਾ ਨੂੰ ਤੋਰੇ, ਚੰਗਾ ਕਾਨੂੰਨ ਬਣਾਵੇ, ਉਹਨੂੰ ਸਹੀ ਰਾਜਾ ਆਖਿਆ ਜਾਂਦਾ। ਪਰ ਉਸ ਵੇਲੇ ਦੇ ਰਾਜੇ ਦੀ ਹਾਲਤ ਗੁਰੂ ਨਾਨਕ ਨੂੰ ਪੁੱਛੋ ਤੇ ਗੁਰੂ ਨਾਨਕ ਕਹਿਣਗੇ, ਰਾਜੇ ਸ਼ੀ ਮੁਕੱਦਮ ਉੱਤੇ ਜਾਏ ਜਗਾਇਨ ਬੈਠੇ ਸੁੱਤੇ। ਰਾਜੇ ਕੀ ਬਣ ਗਏ ਸੀ? ਸ਼ੀ ਸ਼ੀ ਦਾ ਪੁੱਤ ਸ਼ੇਰ, ਰਾਜਾ ਸ਼ੇਰ ਬਣਿਆ ਹੋਇਆ ਸੀ ਤੇ ਸ਼ੇਰ ਬਣ ਕੇ ਨਾ ਉਹ ਆਪਣੀ ਹੀ ਪਰਜਾ ਦਾ ਸ਼ਿਕਾਰ ਕਰ ਰਿਹਾ ਸੀ, ਆਪਣੀ ਹੀ ਪਰਜਾ ਨੂੰ ਮਾਰ ਮਾਰ ਲੁੱਟ ਰਿਹਾ ਸੀ। ਤੇ ਧਿਆਨ ਕਰਿਓ, ਜਿਹੜਾ ਰਾਜੇ ਕੋਲੋਂ ਬਚ ਗਿਆ ਨਾ, ਤੇ ਰਾਜੇ ਕੋਲੋਂ ਬਚੇ ਹੋਏ ਨੂੰ ਮੁਕੱਦਮ ਉੱਤੇ, ਮੁਕੱਦਮ ਕਹਿੰਦੇ ਨੇ ਅਹਿਲਕਾਰਾਂ ਨੂੰ, ਜਿਹੜੇ ਉਹਦੇ ਅੱਗੇ ਮੰਤਰੀ ਨੇ, ਅੱਗੇ ਉਹਦੇ ਅਹਿਲਕਾਰ ਨੇ, ਉਹ ਮਲਕ ਸਾਧ ਸੰਗਤ ਮਲਕ ਭਾਗੋ ਵਰਗੇ ਅਹਿਲਕਾਰ, ਇਹੋ ਜੇ ਰਾਜਾ ਵੀ ਲੁੱਟਦਾ ਸੀ ਤੇ ਅੱਗੇ ਉਹ ਅਹਿਲਕਾਰ ਵੀ ਮਨੁੱਖਤਾ ਨੂੰ ਕੁੱਤਿਆਂ ਦੀ ਤਰ੍ਹਾਂ ਨੋਚਦੇ ਸਨ। ਜਿਵੇਂ ਨਾ ਸ਼ੇਰ ਜਦੋਂ ਰੱਜ ਜਾਂਦਾ ਹੈ ਨਾ, ਤੇ ਸ਼ੇਰ ਉਹ ਆਪਣਾ ਕੀਤੇ ਹੋਏ ਸ਼ਿਕਾਰ ਨੂੰ ਛੱਡ ਕੇ ਚਲਿਆ ਜਾਂਦਾ ਤੇ ਪਿੱਛੋਂ ਆ ਕੇ ਜਿਹੜੇ ਇਹ ਛੋਟੇ ਜਾਨਵਰ ਨੇ, ਕੁੱਤੇ ਯਾਦ ਨੇ, ਉਹਨੂੰ ਛੱਕਦੇ ਨੇ। ਉਸੇ ਤਰ੍ਹਾਂ ਦੀ ਹਾਲਾਤ ਰਾਜਨੀਤਿਕ ਤੌਰ ਤੇ ਬਣੀ ਹੋਈ ਸੀ ਕਿ ਜਿਹੜੇ ਰਾਜੇ ਸੀ ਉਹ ਸ਼ੀਂਹ ਬਣ ਕੇ, ਅਹਿਲਕਾਰ ਜਿਹੜੇ ਸੀ ਕੁੱਤੇ ਬਣ ਕੇ ਮਨੁੱਖਤਾ ਨੂੰ ਖਾ ਰਹੇ ਸੀ, ਲੁੱਟ ਰਹੇ ਸੀ, ਕੋਈ ਸੱਚ ਦੇ ਰਾਹ ਤੇ ਤੋਰਨ ਵਾਲਾ ਨਹੀਂ ਸੀ। ਨਾ ਰਾਜੇ ਸੱਚ ਦੇ ਨਾਲ ਤੁਰੇ ਸੀ, ਨਾ ਧਾਰਮਿਕ ਆਗੂ ਸੱਚ ਦਾ ਉਪਦੇਸ਼ ਦੇ ਰਹੇ ਸਨ, ਸਮਾਜ ਵੰਡੀਆਂ ਵਿੱਚ ਪਿਆ ਹੋਇਆ ਸੀ। ਤੇ ਉਸ ਵੇਲੇ ਜਦੋਂ ਸਾਰੀ ਮਨੁੱਖਤਾ ਤਰ੍ਹਾਂ ਤਰ੍ਹਾਂ ਕਰ ਰਹੀ ਸੀ, ਉਸ ਵੇਲੇ ਸਾਰੀ ਮਨੁੱਖਤਾ ਨੇ ਕਰਤੇ ਅੱਗੇ ਅਰਦਾਸ ਕੀਤੀ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਟਾਈ। ਸੁਣੀ ਗਈ ਪੁਕਾਰ ਉਸ ਦਾਦੇ ਦੇ ਘਰ ਵਿੱਚ ਤੇ ਗੁਰੂ ਨਾਨਕ ਜੀ ਸੰਸਾਰ ਦੇ ਵਿੱਚ ਆਏ। ਹੁਣ ਧਿਆਨ ਕਰਨਾ, ਸਿੱਖ ਧਰਮ ਦੇ ਅੰਦਰ ਮੌਜੂਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ, ਇਹਨਾਂ ਦੇ ਸਿਰਫ ਦੋ ਗੁਰਪੁਰਬ ਨੇ, ਬਾਕੀ ਗੁਰੂਆਂ ਦੇ ਤਿੰਨ ਮਨਾਈ ਨੇ, ਬਾਕੀ ਗੁਰੂਆਂ ਦੇ ਤਿੰਨ ਨੇ ਪ੍ਰਕਾਸ਼ ਤਿਹਾੜ, ਗੁਰਦਾ ਕਦੀ ਦਿਵਸ ਤੇ ਜੋਤੀ ਜੋਤ ਸਮਾਉਣ ਦਾ ਦਿਵਸ। ਪਰ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਸਾਧ ਸੰਗਤ ਪ੍ਰਕਾਸ਼ ਤਿਹਾੜ ਮਨਾਉਂਦੇ ਹਾਂ, ਅਸੀਂ ਜੋਤੀ ਜੋਤ ਸਮਾਉਣ ਦਾ ਦਿਵਸ ਮਨਾਉਂਦੇ ਹਾਂ, ਪਰ ਗੁਰੂ ਨਾਨਕ ਦਾ ਗੁਰਦਾ ਕਦੀ ਦਿਵਸ ਨਹੀਂ ਆਉਂਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਧੁਰ ਦਰਗਾਹ ਹੋਈ ਗੁਰਦਾ ਗੱਦੀ ਜਿਹੜੀ ਉਹ ਪ੍ਰਾਪਤ ਕਰਕੇ ਆਏ, ਜਨਮ ਤੋਂ ਹੀ ਗੁਰੂ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਤਿਹਾੜਾ ਮਨਾਉਂਦੇ ਹਾਂ, ਗੁਰਦਾ ਗੱਦੀ ਦਿਵਸ ਮਨਾਇਆ ਜਾਂਦਾ, ਪਰ ਮਾਫ ਕਰਨਾ ਸਮਝਾਉਣ ਲਈ ਮੈਨੂੰ ਕਹਿਣਾ ਪੈਣਾ, ਗੁਰੂ ਗ੍ਰੰਥ ਸਾਹਿਬ ਦਾ ਜੋਤੀ ਜੋਤ ਸਮਾਉਣ ਦਿਵਸ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ, ਦੇਹ ਦਾ ਅੰਤ ਹੈ ਪਰ ਸ਼ਬਦ ਦਾ ਕੋਈ ਅੰਤ ਨਹੀਂ ਹੁੰਦਾ, ਸ਼ਬਦ ਦਾ ਕੋਈ ਅੰਤ ਨਹੀਂ ਹੁੰਦਾ, ਇਸ ਲਈ ਜੁਗੋ ਜੁਗ ਅਟਲ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਦੋ ਗੁਰੂ ਨੇ
ਜਿਨ੍ਹਾਂ ਦੇ ਅਸੀਂ ਦੋ ਗੁਰਪੁਰਬ ਮਨਾਉਂਦੇ ਹਾਂ। ਪਿਆਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਆਏ ਤੇ ਗੁਰੂ ਬਣ ਕੇ ਆਏ ਉਸ ਅਕਾਲ ਪੁਰਖ ਦੇ ਘਰ ਤੇ ਪਾਵਨ ਬਾਣੀ ਦਾ ਬਚਨ ਹੈ ਉਹ ਧਰਤੀ ਕਿੰਨੀ ਭਾਗਾਂ ਵਾਲੀ ਹੋਏਗੀ, ਸਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਇਆ, ਜਿੱਥੇ 1469 ਵਿੱਚ ਰਾਏ ਹੋਏ ਦੀ ਉਹ ਧਰਤੀ ਹੈ ਤਲਵੰਡੀ ਦੀ, ਜਿੱਥੇ ਸਾਧ ਸੰਗਤ ਪਿਤਾ ਮਹਿਤਾ ਕਾਲੂ ਜੀ ਜਾਂ ਮਹਿਤਾ ਕਰਿਆਨ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗੇ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਆਉਂਦੇ। ਧਿਆਨ ਕਰਿਓ, ਮੈਂ ਕਈ ਵਾਰ ਹੈਰਾਨ ਹੁੰਦਾ ਵੀ ਗੁਰੂ ਨਾਨਕ ਨਾਲ ਜੁੜੇ ਹੋਏ ਜਿਹੜੇ ਕਰੈਕਟਰ ਨੇ ਉਹਨਾਂ ਦੇ ਨਾਂ ਵੀ ਕਿੰਨੇ ਪ੍ਰਭਾਵਿਤ ਨੇ। ਭਾਵੇਂ ਮਾਪਿਆਂ ਨੇ ਨਾਂ ਤ੍ਰਿਪਤਾ ਰੱਖਿਆ, ਪਰ ਮੈਂ ਆਖਾਂਗਾ ਤ੍ਰਿਪਤ ਮਾਂ ਤ੍ਰਿਪਤਾ ਉਸ ਦਿਨ ਹੋਈ ਜਿਸ ਦਿਨ ਉਹਦੀ ਕੁੱਖ ਚੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ। ਸਾਧ ਸੰਗਤ, ਉਹ ਧਾਨੇ ਜਨਮੀ ਜਨਮ ਦੇਣ ਵਾਲੀ ਮਾਂ ਜਿਹਦੀ ਕੁੱਖ ਚੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਜਿਸ ਦਿਨ ਇਹ ਪ੍ਰਕਾਸ਼ ਹੋਇਆ ਤੇ ਸਭ ਤੋਂ ਪਹਿਲੇ ਦੀਦਾਰ ਉਸ ਦਾਈ ਦੌਲਤਾਂ ਨੇ ਪਾਈ ਸੀ। ਦਾਈ ਦੌਲਤਾਂ ਬਾਰੇ ਲਿਖਿਆ ਹੁੰਦਾ ਕਿ ਸਾਧ ਸੰਗਤ ਇਹ ਮਹਿਤਾ ਕਾਲੂ ਜੀ ਦੇ ਘਰ ਵਿੱਚ, ਜਿਹਦੇ ਘਰ ਵਿੱਚ ਔਲਾਦ ਨੇ ਆਉਣਾ ਹੁੰਦਾ ਇਹ ਉਸ ਘਰ ਵਿੱਚ ਇਹਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ। ਦਾਈ ਦਾ ਕੰਮ ਕਰਦੀ ਸੀ। ਕਹਿੰਦੇ ਇੱਕ ਦਿਨ ਆਉਂਦੇ ਆ ਸਾਰ, ਇਹਨੇ ਮਹਿਤਾ ਕਾਲੂ ਜੀ ਨਾਲ ਵਿਚਾਰ ਸ਼ੁਰੂ ਕੀਤੀ। ਕਹਿਣ ਲੱਗੀ, ਮਹਿਤਾ ਜੀ ਦੇਖੋ, ਮੇਰੇ ਮਾਪਿਆਂ ਨੇ, ਮੈਂ ਕਈ ਵਾਰ ਕੋਸਦੀ ਹੁੰਦੀ ਹਾਂ ਆਪਣੇ ਮਾਪਿਆਂ ਨੂੰ ਵੀ ਮੇਰੇ ਮਾਪਿਆਂ ਨੇ ਮੇਰਾ ਨਾਂ ਦੌਲਤਾ ਰੱਖਿਆ, ਪਰ ਹਲੇ ਤੱਕ ਮੈਂ ਦੌਲਤ ਵਾਲੀ ਬਣੀ ਨਹੀਂ, ਹਲੇ ਤੱਕ ਮੈਂ ਦੌਲਤ ਵਾਲੀ ਨਹੀਂ ਬਣੀ। ਤੁਸੀਂ ਤਾਂ 10 ਪਿੰਡਾਂ ਦੇ ਪਟਵਾਰੀ ਹੋ, ਮੈਂ ਨਗਰ ਵਿੱਚੋਂ ਅੱਜ ਤੱਕ ਕਿਸੇ ਕੋਲੋਂ ਨਹੀਂ ਮੰਗਿਆ, ਪਰ ਤੁਸੀਂ ਧਨਵਾਨ ਹੋ, ਇੱਕ ਕਿਰਪਾ ਕਰਿਓ, ਜਿਸ ਦਿਨ ਤੁਹਾਡੇ ਘਰ ਵਿੱਚ ਔਲਾਦ ਹੋਵੇ ਉਸ ਦਿਨ ਮੇਰੀ ਝੋਲੀ ਇੱਕ ਥਾਲ ਦੌਲਤਾਂ ਦਾ ਪਾ ਦਿਓ, ਤਾਂ ਕਿ ਮੈਂ ਵੀ ਕਹਿਣ ਜੋਗੀ ਹੋਵਾਂ ਕਿ ਮੇਰਾ ਨਾ ਹੀ ਦੌਲਤਾਂ ਨਹੀਂ, ਮੇਰੇ ਕੋਲ ਦੌਲਤ ਹੈ। ਧਿਆਨ ਕਰਿਓ, ਇਹ ਵਿਚਾਰ ਗੁਰੂ ਨਾਨਕ ਦੇ ਪ੍ਰਕਾਸ਼ ਤੋਂ ਪਹਿਲਾਂ, ਪਰ ਜਿਸ ਦਿਨ ਉਹ ਪਹਿਲੀ ਵਾਰ ਦੀਦਾਰ ਕਰਕੇ ਬਾਹਰ ਆਈ ਤੇ ਦੀਦਾਰ ਕਰਕੇ ਬਾਹਰ ਆਈ, ਬੜੀ ਖੁਸ਼ੀ ਖੁਸ਼ੀ ਉਹਨੇ ਮਹਿਤਾ ਕਲਿਆਣ ਦਾਸ ਜੀ ਨੂੰ ਆਖਿਆ, ਪਟਵਾਰੀ ਜੀ, ਤੁਹਾਡੇ ਘਰ ਵਿੱਚ ਦਾਤੇ ਨੇ ਪੁੱਤਰੀ ਤੋਂ ਬਾਅਦ ਅੱਜ ਪੁੱਤਰ ਦੀ ਦਾਤ ਦਿੱਤੀ ਹੈ, ਤੇ ਸਾਧ ਸੰਗਤ ਮਹਿਤਾ ਕਾਲੂ ਜੀ ਨੇ ਉਹ ਆਪਣਾ ਵਾਅਦਾ ਨਿਭਾਉਂਦਿਆਂ ਹੋਇਆਂ ਇੱਕ ਥਾਲ ਦੌਲਤ ਦਾ ਭਰ ਕੇ ਅੱਗੇ ਕੀਤਾ। ਕਹਿੰਦੇ ਦੌਲਤਾ, ਝੋਲੀ ਅੱਡ ਝੋਲੀ ਅੱਡ, ਮੈਂ ਤੇਰੇ ਝੋਲੀ ਵਿੱਚ ਦੌਲਤ ਦਾ ਥਾਲ ਪਾਉਣਾ ਚਾਹੁੰਦਾ। ਤੂੰ ਕਹਿੰਦੀ ਸੀ ਨਾ ਮੈਂ ਦੌਲਤ ਦਾ ਨਾਂ ਹੈ, ਪਰ ਮੈਨੂੰ ਦੌਲਤ ਨਹੀਂ ਮਿਲੀ, ਤੁਸੀਂ ਦੌਲਤ ਦੇ ਦਿਓ, ਝੋਲੀ ਅੱਡ ਮੈਂ ਦੌਲਤ ਪਾਵਾਂ। ਤੇ ਅੱਗੋਂ ਦੌਲਤਾਂ ਨੇ ਆਖਿਆ ਸੀ, ਕਹਿਣ ਲੱਗੀ, ਮਹਿਤਾ ਜੀ ਕੀ ਦੱਸਾਂ, ਝੋਲੀ ਤਾਂ ਪਹਿਲੀ ਭਰੀ ਗਈ, ਝੋਲੀ ਤਾਂ ਪਹਿਲੀ ਭਰੀ ਗਈ ਹੈ, ਤੇਰੇ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਇਆ ਉਹਦੇ ਦੀਦਾਰ ਕਰਕੇ ਇੰਨੀ ਕੁ ਦੌਲਤ ਮਿਲ ਗਈ ਕਿ ਕਦੇ ਮਾਪਿਆਂ ਨੂੰ ਕੋਸਣ ਵਾਲੀ ਮੈਂ ਦੌਲਤ ਅੱਜ ਇੰਨੀ ਕੁ ਦੌਲਤ ਨਾਲ ਭਰੀ ਗਈ ਕਿ ਉਸ ਦੌਲਤ ਸਾਹਮਣੇ, ਉਹਦੇ ਦੀਦਾਰਾਂ ਦੇ ਸਾਹਮਣੇ ਇਹ ਦੌਲਤ ਵੀ ਅੱਜ ਫਿੱਕੀ ਪੈ ਗਈ। ਧਿਆਨ ਕਰਿਓ, ਮੈਂ ਇੱਥੇ ਅੱਗੇ ਨਹੀਂ ਲੰਘਣਾ ਚਾਹੁੰਦਾ, ਜੇ ਪਹਿਲੀ ਵਾਰ ਦੀਦਾਰ ਕਰਕੇ ਦੌਲਤਾਂ ਅੰਦਰ ਦੇ ਗੁਣਾਂ ਦੀ ਦੌਲਤ ਨਾਲ ਭਰੀ ਗਈ ਹੋਵੇਗੀ। ਗੁਰਸਿੱਖੋ, ਅੱਜ ਸਾਡੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਅੰਦਰ ਗੁਰੂ ਦੀ ਦਿੱਤੀ ਹੋਈ ਦੌਲਤ ਸਾਡੇ ਕੋਲ ਹੈ, ਪਰ ਸਾਡੀ ਜ਼ਿੰਦਗੀ ਜੇ ਗੁਰੂ ਦੇ ਦੀਦਾਰ ਕਰਕੇ, ਗੁਰੂ ਦੀ ਬਾਣੀ ਪੜ੍ਹ ਕੇ ਜੇ ਅੰਦਰ ਅੱਜ ਵੀ ਕਿਤੇ ਗੁਣਾਂ ਨਾਲ ਭਰ ਜਾਏ ਨਾ, ਤੇ ਧਿਆਨ ਕਰਿਓ, ਸਾਨੂੰ ਦੁਨੀਆਂ ਦੇ ਫਿਰ ਰੰਗ ਫਿੱਕੇ ਲੱਗਣਗੇ, ਗੁਰੂ ਦੇ ਨਾਮ ਦਾ, ਗੁਰੂ ਦੀ ਬਾਣੀ ਦਾ ਰੰਗ ਫਿਰ ਸਾਡੀ ਜ਼ਿੰਦਗੀ ਨੂੰ ਚੜ ਗਿਆ ਨਾ, ਇਹ ਰੰਗ ਬੁਰਾ ਲੱਗੇ। ਇਹ ਮੈਂ ਨਹੀਂ ਕਹਿੰਦਾ, ਗੁਰੂ ਨਾਨਕ ਦੇ ਬਚਨ ਨੇ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰਗੀ ਸਿੱਖ ਸੁਣੀ, ਜੇ ਕਿਤੇ ਇੱਕ ਸਿੱਖਿਆ ਵੀ ਹਿਰਦੇ ਚ ਵਸ ਜਾਏ ਨਾ, ਅੰਦਰ ਕਿੰਨੀ ਕੁ ਦੌਲਤ ਆਏਗੀ ਗੁਣਾਂ ਦੀ, ਉਹਨਾਂ ਗੁਣਾਂ ਦੀ ਦੌਲਤ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਉਹ ਗੁਣਾਂ ਨੂੰ ਵੰਡੀ ਹੀ ਨਹੀਂ ਜਾ ਸਕਦਾ, ਉਹ ਗੁਣਾਂ ਦੀ ਗੱਲ ਹੀ ਨਹੀਂ ਕੀਤੀ
जा सकती। कदे किसे पंक्ति तो अगे जाके पढ़े हो कहते जिना मन के तुरिया ना मन्ने की गत कहीं न जाए। जे को कहे पिछे पछताए कागज कर्म न लिखन हार। मन्ने का वह कर्म विचार ऐसा नाम निरंजन होए। जे को मन जाने मन को दौ नहीं पड़ी। प्यारे जिन्हों ने अंदर गुरु नाल जुड़ना कीता ना वह भी अज भी दौलता वाले बन गए। अज भी वह अपने आप को अमीर समझन क्योंकि साडे कोल धन गुरु नानक पातशाह का दिता होया शब्द है। साडे कोल बाणी गुरु है ते साध संगत जिहड़ी बाणी दुनिया नूं तार गई गुरु नानक की बोल बोले दुनिया के विच सच परता गई। अज वह बाणी नाल किते तुसीं जुड़ जाइओ अंदरों दौलता की तरह तुसीं भी दौलत नाल भर जाओ अंदरों भर जाओ। मैंने कहता गुरु अर्जन देव जी ने देखिया वो कहते ने प्यो दादे का खोल हेठा खजाना ता मेरे मन भया निधाना। प्यो कौन है जी परमात्मा ते दादा कौन है गुरु। कहते जदों परमात्मा का दिता गुरुआं का दिता बाणी रूप खजाना मैं खोल के देखिया ना खोल के देखिया जदों मैं बाणी नाल जुड़िया होया कि ता मेरे मन भया निधाना। निधाना का अर्थ भी खजाना निधाना का अर्थ भी खजाने का मेरा अंतर खजाने नाल भर गया मेरा अंतर अमीरी नाल भर गया। इन्नी क अमीरी है गुरु कोल ते इसे लई ता बाणी का वचन है मैं मूर्ख की केतक बात है कोट प्रति करिया रे गुर नानक जिन सुनिया पेखिया से फिर कर वासना परिया। साध संगत गुरु नानक पातशाह का बचपन आरंभ होया है। मेरे सतगुरु जी कई तरह के चोज करते हैं। जो पांच कु सालों की उम्र होती है हर एक मापा चाहता है कि मेरा बच्चा पढ़ लिख जाए। दुनियावी विद्या का ज्ञान होना बड़ा जरूरी है। ध्यान करो असी कई बार ना यह शब्द कह के अगे लग जाते कि गुरु नानक गए पढ़ गुरु नानक पातशाह गोपाल दास पांधे कोल पढ़ने पाए। पांधा बड़ा खुश सी भी एक पटवारी जी का पुत्र ते दूजा सारी तलवंडी च गल मशहूर है कि नानक होशियार बने ते होशियार विद्यार्थी होशियार बच्चा अज मेरे को पढ़न आए। इहदे विच कोई अटकनी नहीं कि पांधा जी पढ़ाउंदे ने ते गुरु नानक पातशाह पांधे दा बुलाया होया लिखाया होया अपनी पट्टी ते लिखदे जांदे ने। पांधा इस गल तो हैरान है भी जो मैं करांदा जेहड़े विद्यार्थी मेरे को पहला पढ़ने आउंदे है उन्हां तो भी वध गुरु नानक पट्टी उत्ते लिख देंदे ने। किन्ने होशियार ने। एक दिन मेरे सतगुरु जी कोल बैठ के कहन लगे पांधा जी एक लेखा मैनू होर सिखा दिओ एक लेखा परमार्थ दे वह भी मैनू पढ़ा दे एक लेखा धर्म दे वह भी मैनू पढ़ा दिओ। पांधे ने अगला जवाब दिता सी नानक हले उम्र बहुत पड़ी है तेरी तेरे पिता चाहते ने कि तू दुनियावी पढ़ाई करके जेड़ी कार नहीं करता वो कार तू संभाले इसलिए दुनियावी पढ़ाई का समा है तू दुनियावी पढ़ाई कर ते परमार्थ की धर्म की पढ़ाई लई तो समा पिया। ते गुरु नानक ने अगो जवाब दिता सी पांधा जी इह किसे नूं नहीं पता मैनू भी नहीं पता थानू भी नहीं पता कि किन्ना कु समा पिया पर उस समय तो पहला पहला जिन्ना कु पेड़ दे विच रह के रब दे घर दा लेखा मैनू समझा दे। पांधा जी हैरान होके मन ही मन सोचते ने मना अज तक विद्यार्थी मेरे को बड़े आए पर एक पहला विद्यार्थी है जिन्हें परमार्थ का लेखा समझण की गल मेरे को आती ते मन सच दसा यह लेखा तो मैनू भी नहीं आता क्यों मैं झूठ बोलने नानक नूं सच ही दस दिया। पांधे की रसना दे बोल सी नानक जेड़े लेखे की गल तू करना मैं तेनों का दिलासा दे के कहना
भी बड़ा होके समझ आएगा मेरी उम्र बजुर्गी की हो गई हले तक मैं नहीं समझा मैं तेन किवें समझा। हुण गुरु नानक की वडियाई ध्यान करो धन नानक तेरी वड्डी कमाई वह कमाई कहड़ी है गुरु नानक जिथे गए जिहो जे देश विच गए जिहो जिहा पहरावा तकिया जिहो जे उन्हां दे गुण तके उन्हां गुणां विचों ही उन्हां नूं समझाउण दा उपराला गुरु नानक ने कीता है। ते गुरु नानक जी ने 5 साल की उम्र विच पांडे नूं समझाउंदिआं फिर शब्द उचारिया श्री राग के अंदर अज भी उह शब्द मौजूद है। जदों गुरु नानक ने आखिया कहिंदे बाबा ए लेखा लिख जान जिथे लेखा मंगी है तिथे होए सच्चा निशान। बाबा ए लेखा लिख जान बंदा जी जे नहीं आउंदा ना ते लिखना जान जाओ। क्यों जान जाओ? क्योंकि जिथे लेखा मंगी है जिथे मंगिया जाने तिथे होए सच्चा निशान। निशान शब्द गुरबाणी च दो अर्थां नाल आउंदा है। एक तां निशान दा अर्थ हुंदा निशानी ते दूजा अर्थ हुंदा निशान दा अर्थ हुंदा परवाना। इत्थे जिहड़ा निशान शब्द है इहदा परवानगी अर्थ है भाव कि जिथे लेखा मंगिया जाने। जे विद्यार्थी ने पढ़िया होएगा ताइयो तां पेपर देण जोगा होएगा ताइयो पास होएगा ना। पांडा जी जे लेखा लिखना जान जाओगे लेखा मंगिया जाने जे दिन आउंदा होया ते ताइयो तां निशानी लगेगी ना ताइयो तां परवानगी मिलेगी ना ताइयो तां पास होएगा ना। जिथे लेखा मंगी है तिथे होए सच्चा निशान। ते हुण पांडा गोपाल दास पुछदे नानक ये तां दस तू लिखिया किवें जाने जदों मैं तैनू लिखाउंदा मैं तैनू सियाजी भी देंदा कलम भी देंदा तेरा लिखाई तेरा गुरु बन के मैं तेनू लिखाऊंगा। जे रब दे घर दा लेखा लिखना वह भी मैनू दस भी किवें लिखिया जाने। हुण ध्यान करो गुरु नानक ने फिर की कहा कहन लगे जाल नो कस मस कर मत कागज कर साल भौ कलम कर चित लिखारी गुर पुछ लिख विचार लिख नाम सलाह लिख लिख अंत न पारा वार। बाबा ए लेखा लिख जान। हुण गुरु नानक पातशाह कहिंदे जाल मोह कस मस कर। मोह जिहड़ा है उह धर्म दे राह ते नहीं तुरन देगा। तुसीं रोज गुरु नानक दे वचन पढ़ते हो पंकज मोह पग नहीं चलना। जदों मोह दे चिक्कड़ च बंदा फस जाए ना ते उदों धर्म दे राह ते फिर पैर नहीं चलते धर्म दे राह तों टुटदा जांदा है। गुरु जी ने आरंभ इत्थों कीता कहिंदे पांडा जी जाल मोह जाल दे मोह नूं खत्म कर दिओ ते इहनूं खत्म करके घस मस कर घसा के खत्म करके मस दा थल्ले स्याही बना दो। मोह दा इस्तेमाल करो इहनूं स्याही दी तरह इहनूं स्याही बना लो। जाल मोह घस मस कर मत कागज कर सार अपनी मत नूं बनाओ कागज इहदे उत्ते लेखा लिखण ते मत रूपी कागज ते कलम केड़ी चलाउणी है भाओ कलम कर प्यार दी कलम बना लो। ते चौथी गल लिखारी किहनूं बनाउणा है कर चित लिखारी अपने मन नूं लिखारी बना लो। मन नूं वेहला नहीं छड्डणा मन लिखाई है प्यार की कलम है मत कागज है मोह सार के बनाई स्याही है। हुण गुरु गुर पुछ लिख विचार सच्चे गुरु कोल आके फिर अपनी मत रूपी कागज के उत्ते विचार लिखनी है और केड़ी विचार लिखनी है वह भी गुरु नानक ने समझाई कहिंदे लिख नाम सलाह लिख लिख अंत न पारा वार। पांडा जी लिख लो रबी नाम उदी बंदगी नू उदी सिफतो सलाह नू ते ए भी लिख लियो कि जीदी सिफत सलाह करन लगे आ तिस अंत ना पारावार उहदा अंत ते कोई पारावार पा ही नहीं सकदा। जदों दी सिफत सलाह करोगे ना बाबा ए लेखा लिख जा ए लेखा लिखना जान जा
फिर सतगुरु ने आख्या कह लगे जिथे मिले बड़ियाइया सब खुशियां सद जाओ तिल मुख टिके निकले जिन मन सच्चा नाओ। पांधा जी उथे सदा दियां खुशियां ने, सदा का चाओ है, सदा का खेड़ है। ते जिन्होंने ये लेखा लिख लिया, जिन्होंने मस्तक के उत्ते नाम के टिके ला ले, वो रब के घर विच परवान हो। हुण देखो पांधे ने एक शब्द सुनाया, पांधे ने अपने जीवन नूं बदल के रब्बी नाम नाल जोड़ लिया। हुण जिथे वह दुनिया का लेखा अपने विद्यार्थियों नूं पढ़ाउंदा है, उत्थे परमात्मा का लेखा भी पढ़ाउण वाला बन गया। बाबे नानक ने ना 5 साल की उम्र च एक बहुत वड्डी गल सानूं समझा दित्ती वी सज्जणो कल्ली दुनियावी पढ़ाई जरूरी नहीं, नाल धर्म की पढ़ाई का होना भी अत जरूरी है। अज जिन्नी तुसी दुनियावी पढ़ाई पढ़ा रहे हो, नाल उन्नी धर्म की पढ़ाई नहीं पढ़ा रहे। इहो कारण है कि जिहड़े चंगे गुण दया धर्म धीरज संतोख सत एक चंगे गुण अंदर आने चाहिए सी साड़ी बच्चियां विच, वो नहीं आ रहे। 5 साल की उम्र का गुरु नानक पातशाह सानू एक गल समझाउंदा है कि सज्जना दुनियावी पढ़ाई ही जरूरी है पर नाल परमार्थ की धर्म की पढ़ाई का होना भी अत जरूरी। मैनू एक सज्जन की गल चेते आ गई, उन्हें बड़ी प्यारी उदाहरण दिती। देखो साडे घर च औलाद जन्मदी है, औलाद जन्म ते मेरियां मातावां भैणां ही गल जानदी है क्योंकि इन्हां नूं नॉलेज ज्यादा होंदी इस गल दी कि जदों बच्चा जन्मदा है उदों तुहाडे घरां विच आम करके एक कार्ड बनदा है। लगभग 1.5 साल एक कोर्स चलदा है बच्चे नूं दुआ पड़ाउण दा, बच्चे नूं टीका लगाउण दा एक कोर्स चलदा है। ते साध संगत जे कोई मां ममता भेज के कहे कि मैं अपने बच्चे नूं कोर्स नहीं करवाना, मैं 1.5 साल अपने बच्चे नूं एक कोर्स बिल्कुल नहीं करवाना, अगो डॉक्टर सलाह देंदा है। डॉक्टर की सलाह देंदा है भी भैने तू एक ममता च भेज के तो कह रही है पर एक गल चेते रखी, जे 1.5 साल तू ना ये कोर्स कराया ना जवानी विच जाके कोई ना कोई बीमारी ने तेरे बच्चे नूं किते घेर लेना है ते फिर तू पछताएगा, फिर हल कोई नहीं। ते मां ने फिर गल आखी, कहन लगी डॉक्टर साहब ये गल है ते फिर तो जरूर करवाना चाहिए कोर्स। ध्यान करियो असी बचपन विचों कोर्स केड़ा करवाउणा, टीका केड़ा लवाउणा, पहला टीका लाओ अपने बच्चे दे बाणी नाल, बचपन विच ही बाणी नाल जोड़ दिओ। दूजा टीका लाओ उन्हों अमृत वेले दा संगत विच आउण दा, तीजा टीका लाओ अमृत की दात दा। ध्यान करियो जे टीके बचपन विच ही लग गए ना ये ते तुहाडी जवानी तक तुहाडी औलाद नूं पहुंचदे आ ना नशियां दी पतित कुणे दी भैड़ी संगत की बीमारी नहीं लगे। फिर तुसी जो वड्डे होंदे ना उदों तुसी रोंदे हो बई जी हुण कहिंदी जी नूं बचाओ, हुण इहदी अरदास करो, हुण इहनूं नशियां तों रोको। नहीं प्यारे हो इह जिम्मेवारी साडी बणदी सी, जे होर जिम्मेवारियां तुसी निभाउंदे हो। गुरु नानक ने 5 साल की उम्र से जिम्मेवारी सानू समझा दिती सी वी सज्जणों कल्ली दुनियावी पढ़ाई जरूरी नहीं, नाल नाल धर्म की पढ़ाई का होना भी अत जरूरी। और वो किवें करनी है, जाल मोह घस मस कर मत कागज कर सार, भौ कर्म कर चित लिखारी, गुर पुछ लिख विचार, लिख नाम सलाह लिख, लिख अंत न पारा वार। बाबा ए लेखा लिख जान, जिथे लेखा मंगीए तिथे होए सच्चा निशान। फिर सतगुरु की अगली उम्र वल वधे, 7 सालां की उम्र विच उन्हां नूं कुतुब दीन काजी कोल भी पढ़ने पाया, क्योंकि उस वेले की जिहड़ी सरकारी भाषा है वह अरबी ते फारसी है ते उह पढ़नी बड़ी जरूरी सी। गुरु नानक नूं पढ़ने पाया गया, गुरु नानक जी काजी कोल पढ़ते हैं ते पढ़दिआं पढ़दिआं एक दिन सतगुरु ने काजी नाल भी सवाल कीता, काजी साहब ये जिथे आपां बैठे हाँ ये दुनिया का वह मुकाम है जिहड़ा एक दिन फानी होने वाला है, जिहड़ा एक दिन खत्म होने वाला है,
फिर काजी पूछते करिए की नानक, कह लगे करना की है, जिन्हें दुनिया बनाई है उन चेते करिए, उदी याद विच करिए। तलंग राग का शब्द है, जो गुरु नानक ने आखिया सी काजी साहब, या अर्ज हुक्म पेश तो दर गोश सुन करतार, हक्का कबीर करीम तू बेऐब परवरदिगार, दुनिया मुकामे फानी तहकीक दिल दानी, मम सर हुए अजराय गिरफ्त हेज नंदन। जो गुरु नानक ने एक शब्द गाया, काजी अरबी फारसी जानता सी, ते उन्हें समझ लिया, ते वो कहने वाह नानक, ते गुरु नानक पातशाह कहने नहीं काजी साहब, नानक वाह नहीं, नानक की है, नानक ता बद वक्त हम जो बखील काफिर, बे नजर बे वाक नानक भयोंद जन तुरा, तेरे चक्करन पाखाक नानक ता चक्करन ने चक्कर की तूड़े, नानक वाह नहीं, वाह ता परमात्मा है। जो 9 साल की उम्र होती है, भरे इकट्ठ के अंदर गुरु नानक पातशाह धर्म के आगुआं नूं सदा देंदे। देखो पहला विद्यार्थियों पढ़ाने वाले टीचर सच नाल जोड़िया, हुण धर्म का आगू आया पंडित हरदयाल। हरदयाल भरे इकट्ठ के अंदर गुरु नानक पातशाह जनेऊ तैयार कर रहे हैं पहनाउण दे लई। जनेऊ तैयार हो रही है, जो तैयार हो गया ना, तो असि कई बार गल कह दें भी गुरु नानक ने जनेऊ पाउण तों इनकार कीता। ध्यान करियो, मैं आखदा हुंदा वी इनकार नहीं कीता। गुरु नानक ने तां कहा सी, पंडित जी जनेऊ तां मैं पहनना है, जनेऊ तां मैं पहनना है, पर मेरियां दो तीन गल्लां ने जिहड़ियां मैं आप जी नाल सांझियां करनी। पंडित हरदयाल ने पुछिया सी, नानक दस, कहते मेरी पहली गल है, पहला मेरी गल है कि मेरे घर विच मैं वड्डा नहीं हां, मेरे घर विच मैं वड्डा नहीं हां, मेरे घर विच मेरी भैन मेरे तो 5 साल वड्डी है, मेरी भैन मेरे तो 5 साल वड्डी है, ते इसलिए आ जिहड़ा जनेऊ तुसी तैयार कर रहे हो इहदे उत्ते पहला हक मेरी भैन है, उहदे पहला फिर मैं भी बैठ जावां। हुण पंडित हरदयाल ने आखिया, कहन लगे नानक इह हो नहीं सकदा, धर्म का नियम कहता है बई ब्राह्मण के जनेऊ पहनाया जा सकता है, वैश्य के पहनाया जा सकता है, खत्री के पहनाया जा सकता है, शूद्र के औरत के जनेऊ नहीं पहनाया जा सकता, इसलिए तेरी भैन है पर उसके जनेऊ नहीं पहनाया जा सकता। दूजी गल, गुरु नानक पातशाह ने आखी, पंडित जी एक जिहड़ा जनेऊ तुसीं तैयार कीता है एक पल टुट भी सकता है, सूत है टुट भी सकता है, फिर की होगा? कह लगे गुरुद्वारे पहना दिता जाएगा, यह मैला भी हो जाता है। कह लगे कि जो मैला हो गया फिर नवा, तो यह कुछ भी हो सकता है। वह कह लगे जो कुछ होगा उदो असी उस उपा के द्वारे पहना देंगे। गुरु नानक पातशाह कहते, पंडित जी मैं और जनेऊ पहनावा चाहता हाँ जेड़ा कदे टुटी ना, जेड़ा कदे जिन्हू मन लगी ना, जेड़ा जनेऊ तन का नहीं मन का हो। जनेऊ केड़ा हो गए? दया कृपा संतोख सूत जग गंढी सत वट, एक जनेऊ जीता हई ना पांडे घट, हई ना हई का तत् होंगे भी जे हैगा ता पंडित जी पांडे घट घट का तुम पहनाना भी पहना दे, मैं तो ना नहीं की थी। थोड़े को जे है मन का जनेऊ तो पहना दे। पंडित हरदयाल कहिंदा, नानक अज तक मैं तन नहीं पहनाए, तन नहीं पहना सकता, मेरे को मन का जनेऊ नहीं। गुरु नानक जी ने उस वेले मन के जनेऊ की गल क्यों की थी? क्योंकि ध्यान करो, धार्मिक चिन्ह पहन के भी बंदा अंदरों धर्म नहीं सी कमा रहा, धार्मिक चिन्ह पहने से पर अंदरों धर्म नहीं सी कमा रहा, दया अंदर खत्म हो चुकी सी, संतोख जत सत अंदरों खत्म हो चुकिया सी। गुरु नानक ने आखिया, गुरु नानक का झगड़ा याद रखियो जनेऊ नाल नहीं, जे जनेऊ नाल झगड़ा हुंदा उसे जनेऊ की
ਦੀ ਰਾਖੀ ਲਈ, ਨੌਵੇਂ ਪਾਤਸ਼ਾਹ ਦਿਲ ਜੰਗੂ ਦੀ ਰਾਖੀ ਲਈ ਆਪਣੇ ਆਪ ਨੂੰ ਦਿੱਲੀ ਵਿੱਚ ਜਾ ਕੇ ਸ਼ਹਾਦਤ ਨਾ ਦੇ। ਗੁਰੂ ਦਾ ਝਗੜਾ ਜਨੇਊ ਨਾਲ ਨਹੀਂ, ਗੁਰੂ ਦਾ ਝਗੜਾ ਸੀ ਜਿਹੜੇ ਧਾਰਮਿਕ ਚਿੰਨ ਪਹਿਣ ਕੇ ਵੀ ਮਨੁੱਖ ਮਨੁੱਖ ਨਾ ਹੋ ਕੇ ਮਨੁੱਖਤਾ ਨੂੰ ਲੁੱਟਣ ਵਾਲੇ ਬਣੇ ਨੇ। ਝਗੜੀ ਉਹਨਾਂ ਨਾਲ ਸੀ ਨਾ, ਝਗੜੀ ਉਹਨਾਂ ਨਾਲ ਸੀ ਕਿ ਗੁਰੂ ਨਾਨਕ ਜੋਗੀਆਂ ਕੋਲ ਗਏ ਨਾ, ਉਹਨਾਂ ਦੇ ਚਿੰਨਾਂ ਵਿੱਚੋਂ ਸੱਚ ਸਮਝਾਇਆ, ਕਿਹਾ ਮੁੰਗਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ, ਵਿਭੂਤ ਖੇਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਕੀਤੇ ਜਗ ਗੀਤ ਆਦੇਸ਼ ਦਿਸੈ ਆਦੇਸ਼, ਆਤ ਅਨੀਤ ਅਨਾਥ ਅਨਾਥ ਜੁਗ ਜੁਗ ਏਕੋ ਵੇਸ। ਜੇ ਅੱਜ ਪੰਡਿਤ ਹਰਦਿਆਲ ਕੋਲ ਬੈਠੇ ਨੇ 9 ਸਾਲ ਦੀ ਉਮਰ ਵਿੱਚ, ਤੇ ਪੰਡਿਤ ਹਰਦਿਆਲ ਨੂੰ ਕਹਿ ਰਹੇ ਨੇ ਪੰਡਿਤ ਜੀ ਦਿਆ ਕਪਾ ਸੰਤੋਖ ਸੂਤ ਜਤ ਕੰਢੀ ਸਤਵਟ, ਇਹ ਜਨਿਉ ਜੀ ਕਾ ਹਈ ਤਾਂ ਪਾਂਡੇ ਘੱਤ। ਗੁਰੂ ਨਾਨਕ ਪਾਤਸ਼ਾਹ ਜੀ ਇਹ ਗੱਲ ਸਮਝਾ ਰਹੇ ਸੀ ਕਿ ਸੱਜਣੋ ਦੁਨੀਆਂ ਦੇ ਅੰਦਰ ਜੇ ਬੰਦਾ ਧਾਰਮਿਕ ਚਿੰਨ ਪਹਿਨ ਕੇ ਵੀ ਧਰਮ ਨਾ ਨਾ ਕਮਾਏ ਤੇ ਫਿਰ ਹਾਲਤ ਉਹਦੀ ਬੜੀ ਖਰਾਬ ਹੈ। ਅੱਜ ਮਾਫ ਕਰਿਓ, ਇਹ ਕੱਲਾ ਗੁਰੂ ਦਾ ਉਪਦੇਸ਼ਕ ਲਈ ਨਹੀਂ, ਸਾਡੇ ਤੇ ਵੀ ਲੱਗੂ। ਮੈਂ 5 ਕਕਾਰ ਪਹਿਨੇ ਨੇ ਪਰ ਮੇਰੇ ਅੰਦਰ 5 ਕਕਾਰਾਂ ਵਰਗਾ ਕਿਰਦਾਰ ਨਹੀਂ ਹੈ। ਤੇ ਬਾਬੇ ਨਾਨਕ ਨੇ 9 ਸਾਲ ਦੀ ਉਮਰ ਚ ਗੱਲ ਸਮਝਾ ਦਿੱਤੀ, ਸੱਜਣਾ ਫਿਰ ਤੇਰੇ ਚਿੰਨਾਂ ਦਾ ਪਹਿਨਣ ਦਾ ਵੀ ਕੋਈ ਲਾਭ ਨਹੀਂ ਹੋਇਆ। ਕੱਲ ਨੂੰ ਤੇਰੇ ਤੇ ਉਂਗਲ ਬਿਠਾਉਣ ਵਾਲਾ ਭਾਵੇਂ 5 ਕਕਾਰੀ ਨਾ ਹੋਵੇ ਪਰ ਕਹਿ ਦਿੰਦਾ ਨਾ ਵੀ ਸੱਜਣਾ ਤੂੰ 5 ਕਕਾਰ ਵੀ ਪਹਿਨੇ ਨੇ ਤੇ 500 ਰਿਸ਼ਵਤ ਵੀ ਲੈ ਰਿਹਾ ਹੈ, ਫਿਰ ਤੇਰੇ ਕਕਾਰ ਪਹਿਨਣ ਦਾ ਕੀ ਲਾਭ। ਉਦੋਂ ਸਾਨੂੰ ਅੰਦਰ ਨੂੰ ਕੀ ਮਹਿਸੂਸ ਹੁੰਦਾ ਹੈ ਇਹ ਤੁਸੀਂ ਆਪਣੀ ਹਾਲਤ ਨੂੰ ਆਪ ਹੀ ਸਮਝ ਸਕਦੇ ਹੋ। ਮਾਫ ਕਰਿਓ, ਗੁਰੂ ਨਾਨਕ ਦਾ ਘਰ ਕਹਿੰਦੇ ਵੀ ਸੱਜਣਾ ਚਿੰਨ ਪਹਿਨੇ ਨੇ, ਉਹਨਾਂ ਚਿੰਨਾਂ ਵਰਗਾ ਤੇਰਾ ਕਿਰਦਾਰ ਵੀ ਹੋਵੇ, ਉਹਨਾਂ ਚਿੰਨਾਂ ਵਰਗਾ ਤੇਰੀ ਜ਼ਿੰਦਗੀ ਦਾ ਆਚਰਣ ਵੀ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛੀਏ, ਉਹ ਕਹਿੰਦੇ ਨੇ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਸਿੱਖ ਦੀ ਜਿਹੜੀ ਕਰਨੀ ਹੈ ਨਾ ਉਹ ਸੂਰਜ ਦੀ ਤਰ੍ਹਾਂ ਚਮਕਦੀ ਹੋਵੇ, ਜਿਵੇਂ ਸੂਰਜ ਆਕਾਸ਼ ਤੇ ਚਮਕਦਾ ਹੈ ਉਵੇਂ ਸਿੱਖ ਦਾ ਕਿਰਦਾਰ ਹੋਵੇ, ਉਵੇਂ ਸਿੱਖ ਦਾ ਜੀਵਨ ਹੋਵੇ, ਉਵੇਂ ਸਿੱਖ ਦੀ ਰਹਿਣੀ ਬਹਿਣੀ ਹੋਵੇ। ਗੁਰੂ ਨਾਨਕ ਪਾਤਸ਼ਾਹ ਨੇ ਪਿਆਰਿਓ ਆਪਣੇ ਜੀਵਨ ਵਿੱਚ ਜਿੱਥੇ ਇਹ ਚੀਜ਼ਾਂ ਸਮਝਾਈਆਂ, ਕਿਉਂਕਿ ਮੇਰੇ ਕੋਲ ਸਮਾਂ ਬਹੁਤ ਸੀਮਤ ਹੈ, ਮੈਂ 1 ਘੰਟੇ 'ਚ ਇਹਨਾਂ ਇਤਿਹਾਸ ਸਾਹਿਬ ਜੀ ਨਾਲ ਸਾਂਝਾ ਨਹੀਂ ਕਰ ਸਕਦਾ। ਮੈਂ ਸੋਚਦਾ ਵੀ ਜਿੰਨਾ ਵੀ ਕਰਾਂ ਉਹਦੇ ਵਿੱਚੋਂ ਆਪ ਜੀ ਨੂੰ ਅੱਜ ਦੇ ਜੀਵਨ ਦਾ ਵੀ ਸਿਧਾਂਤ ਪਤਾ ਚੱਲੇ, ਅੱਜ ਦਾ ਜੀਵਨ ਵੀ ਪਤਾ ਚੱਲੇ। ਗੁਰੂ ਨਾਨਕ ਨੇ ਜਿਹੜੀ ਕਿਰਤ ਨੂੰ ਪ੍ਰਧਾਨਤਾ ਦਿੱਤੀ ਨਾ, ਗੁਰੂ ਨਾਨਕ ਨੇ ਕਿਰਤ ਕਰਕੇ ਵੀ ਵਿਖਾਈ। ਧਿਆਨ ਕਰਿਓ, ਸੋਰਠ ਰਾਗ ਤੁਸੀਂ ਪੜ੍ਹਿਓ, ਸੋਰਠ ਰਾਗ ਦੇ ਦੂਜੇ ਸ਼ਬਦ ਵਿੱਚ ਗੁਰੂ ਨਾਨਕ ਨੇ 4 ਪਦਿਆਂ 'ਚ 4 ਧੰਦਿਆਂ ਦਾ ਜ਼ਿਕਰ ਕੀਤਾ ਹੋਇਆ। 4 ਪਦੇ ਨੇ ਤੇ 4 ਧੰਦੇ, ਧੰਦਾ ਕਰਨਾ ਪਰ ਧੰਦੇ 'ਚ ਧਰਮ ਵੀ ਚੇਤੇ ਰੱਖਣਾ, ਧੰਦਾ ਕਰਨਾ ਪਰ ਇਸ ਸਿਧਾਂਤ ਨਾਲ ਕਰਨਾ ਕਿ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਦੂਜੇ ਕੋਈ। ਇਸ ਸਿਧਾਂਤ ਨਾਲ ਧੰਦਾ ਕਰਨਾ ਕਿ ਮਾਇਆ ਹੀ ਸਭ ਕੁਝ ਨਹੀਂ ਹੈ, ਇਹਨੂੰ ਨਾਲ ਜਾਣੀ, ਜਿਹੜੀ ਚੀਜ਼ ਨਾਲ ਜਾਣੀ ਉਹ ਵੀ ਕਮਾਈ ਕਰਨੀ, ਤੇ ਕਮਾਈ ਕੀ ਕਰਨੀ, ਮੈਂ ਕਿਸਾਨ ਤੇ ਕਿਸਾਨ ਨੂੰ ਕਿਸਾਨੀ ਦੇ ਅਨੁਸਾਰ ਸਮਝਾਉਂਦੇ ਹਾਂ। ਗੁਰੂ ਨਾਨਕ ਕਹਿੰਦੇ ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇਕਰ ਭਾਖਟ ਦੇਖ। ਗੁਰੂ ਨਾਨਕ ਨੇ ਇਹੋ ਜੀ ਕਿਸਾਨੀ ਕਰਨ ਵੱਲ ਵੀ ਨਹੀਂ ਪ੍ਰੇਰਿਆ, ਆਪ ਵੀ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕਿਸਾਨੀ ਕੀਤੀ ਵੀ ਹੈ, ਔਰ ਕਿਸਾਨੀ ਕਿਹੋ ਜੀ ਕੀਤੀ, ਜਿਹੋ ਜੀ ਉਹਨਾਂ ਨੇ ਬਾਣੀ ਵਿੱਚ ਦਰਜ ਕੀਤੀ ਉਹ ਜੀ ਕਿਸਾਨੀ ਕੀਤੀ ਹੈ। ਅੱਜ ਉਸ ਕਰਤਾਰਪੁਰ ਸਾਹਿਬ ਦਾ ਲੰਗਰ ਖੁੱਲ ਰਿਹਾ ਹੈ, ਪਰ ਮੁਬਾਰਕ ਹੈ ਤੁਸੀਂ ਦਰਸ਼ਨ ਕਰਨ ਜਾਇਓ ਪਰ ਉੱਥੋਂ ਇਹ ਸੇਧ ਲੈ ਕੇ ਆਇਓ ਵੀ ਬਾਬੇ ਨਾਨਕ ਵਰਗੀ ਕਿਰਤ ਸਾਡੀ ਹੋ ਜਾਏ। ਮੈਂ ਦੂਜੀ ਗੱਲ ਕਰਾਂ, ਗੁਰੂ ਨਾਨਕ ਨੇ ਲਗਭਗ 3.5 ਸਾਲ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਧੰਦਾ ਕਰਦਿਆਂ ਤੱਕੜੀ ਦੇ ਕੇ ਤੋਲਿਆ ਵੀ, ਮੋਦੀ ਦਾ ਕੰਮ ਵੀ ਕੀਤਾ, ਤੇ ਮੋਦੀ ਕਿਹੋ ਜਿਹਾ ਜਿਹੋ ਜਿਹਾ ਉਹਨਾਂ ਨੇ ਬਾਣੀ 'ਚ ਲਿਖਿਆ ਹੋਇਆ, ਕਹਿਣ ਲੱਗੇ ਹਾਂ ਆਪਣੀ ਜ਼ਿੰਦਗੀ ਅੰਦਰ ਹਾਣ ਹੱਟ ਕਰ ਆ ਜਾ, ਸੱਚ ਨਾਮ ਕਰ ਵੱਥ
ਸੁੱਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣਚਾਰੀਆਂ ਸਿਉਂ ਵਣਜ ਕਰ ਲੈ ਲਾਹਾ ਮਨ ਹੱਸ। ਇਹੋ ਜੀ ਦੁਕਾਨਦਾਰੀ ਕੀਤੀ। ਜੇਕਰ ਗੁਰੂ ਨਾਨਕ ਵਪਾਰੀ ਬਣਿਆ ਤੇ ਧਿਆਨ ਕਰਿਓ ਇਹੋ ਜਿਹਾ ਵਪਾਰੀ ਬਣ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਹੋਇਆ ਉਹ ਵਪਾਰ, ਖੜਾਇਆ ਹੋਇਆ ਲੋੜਵੰਦਾਂ ਨੂੰ ਲੰਗਰ, ਕੀਤਾ ਹੋਇਆ ਸੱਚਾ ਸੌਦਾ। ਧਿਆਨ ਕਰਿਓ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਚਲੇ ਜਾਇਓ, ਜੇ ਕੋਈ ਭਟਕ ਜਾਏ ਨਾ ਉਹ ਇਹ ਨਹੀਂ ਪੁੱਛਦਾ ਵੀ ਮੰਦਿਰ ਕਿੱਥੇ ਹੈ, ਉਹ ਇਹ ਨਹੀਂ ਪੁੱਛਦਾ ਵੀ ਮਸਜਿਦ ਕਿੱਥੇ ਹੈ, ਉਹ ਇਹ ਨਹੀਂ ਪੁੱਛਦਾ ਵੀ ਚਰਚ ਕਿੱਥੇ ਹੈ। ਕਿਸੇ ਜਾਤ ਬਰਾਦਰੀ ਦਾ, ਕਿਸੇ ਧਰਮ ਦਾ ਹੋਵੇ, ਜਿੱਥੇ ਵੀ ਉਹ ਜਾਏਗਾ ਪੁੱਛੇਗਾ ਮੈਂ ਭਟਕ ਗਿਆ, ਗੁਰਦੁਆਰਾ ਹੈ? ਧਿਆਨ ਕਰਿਓ ਗੁਰਦੁਆਰਾ ਹੈ, ਉਹ ਪੁੱਛੇਗਾ ਗੁਰਦੁਆਰਾ ਹੈ, ਕਿਉਂਕਿ ਉਹਨੂੰ ਪਤਾ ਹੈ ਵੀ ਇਹ ਗੁਰੂ ਨਾਨਕ ਦਾ ਘਰ ਹੈ। ਇੱਥੇ ਦੀ ਨਿਸ਼ਾਨੀ ਦੱਸਦੀ ਹੈ ਵੀ ਇੱਥੇ ਤੇਰੀ ਲੋੜ ਪੂਰੀ ਹੋ ਜਾਣੀ ਹੈ, ਤੇਰੇ ਤਨ ਨੂੰ ਪ੍ਰਸ਼ਾਦਾ ਮਿਲ ਜਾਣੇ, ਤੇਰੇ ਤਨ ਨੂੰ ਆਰਾਮ ਕਰਨ ਦੇ ਲਈ ਥਾਂ ਮਿਲ ਜਾਣੀ ਹੈ। ਉਹਨੂੰ ਪਤਾ ਹੋਇਆ ਗੁਰੂ ਨਾਨਕ ਵਰਗਾ ਵਪਾਰੀ ਬਣ ਕੇ ਵਿਖਾਇਓ, ਤੇ ਵਪਾਰੀ ਕਿਹੋ ਜਿਹਾ ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਨੇ ਚੱਲ ਖਰਚ ਬੰਨ ਚੰਗਿਆਈਆਂ, ਮਤ ਮਤ ਜਾਣੇ ਕੱਲ ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲਹਿ ਮਾ। ਜੇ ਗੁਰੂ ਨਾਨਕ ਵਰਗੀ ਚਾਕਰੀ ਕਰੋ ਨਾ, ਇੱਕ ਸੱਚੇ ਦੀ ਚਾਕਰੀ ਤੇ ਇੱਕ ਮੋਦੀ ਖਾਨੇ ਵਿੱਚ ਦੋ ਤਖਾਂ ਦੀ ਵੀ ਚਾਕਰੀ ਕਰਦੇ ਨੇ, ਪਰ ਚਾਕਰੀ ਕਿਹੋ ਜੀ, ਨਾ ਤਾਂ ਦੁਨੀਆਂ ਵਰਗੇ ਮਾਲਕ ਦੌਲਤ ਖਾਂ ਨੂੰ ਘਾਟਾ ਪੈਣ ਦਿੱਤਾ, ਤੇ ਨਾ ਹੀ ਸਾਧ ਸੰਗਤ ਆਪਣੀ ਜ਼ਿੰਦਗੀ ਅੰਦਰ ਕੋਈ ਵਿਕਾਰ ਲੈ ਕੇ ਆਉਣ ਦਿੱਤਾ। ਕੀਤਾ ਕੀ, ਲਾਏ ਚਿੱਤ ਕਰ ਜਗਹੀ, ਮਨ ਨਾਮ ਕਰ ਕੰਮ, ਬਨ ਵਧੀਆਂ ਕਰ ਧਾਵਣੀ, ਤਾਕੋ ਆਖੇ ਧਨ ਨਾਨਕ ਵੇਖੈ ਨਦਰ ਕਰ ਚੜ੍ਹ ਚਵਗਣ ਬਨ। ਗੁਰਸਿੱਖੋ, ਆਪਣੇ ਜੀਵਨ ਨੂੰ ਜਦੋਂ ਤੁਸੀਂ ਗੁਰੂ ਨਾਨਕ ਦੇ ਇਹਨਾਂ ਸਿਧਾਂਤਾਂ ਨਾਲ ਜੋੜੋਗੇ ਨਾ, ਫਿਰ ਜ਼ਿੰਦਗੀ ਆਤਮਿਕ ਖੇੜੇ ਤੇ ਆਨੰਦ ਨਾਲ ਭਰਪੂਰ ਹੋ ਜਾਏਗੀ। ਗੁਰੂ ਦਾ ਇਤਿਹਾਸ ਬੜਾ ਲੰਬਾ ਹੈ, ਪਰ ਅਸੀਂ ਥੋੜੀਆਂ ਥੋੜੀਆਂ ਚੀਜ਼ਾਂ 'ਚੋਂ ਆਪਣੀ ਜ਼ਿੰਦਗੀ ਨੂੰ ਸੇਧ ਦੇ ਕੇ ਉਸ ਰਾਹ 'ਤੇ ਤੋਰੀਏ ਤਾਂ ਸਹੀ, ਤੇ ਗੁਰੂ ਰਾਮਦਾਸ ਦੇ ਉਹ ਬਚਨਾਂ ਨੂੰ ਹਿਰਦੇ 'ਚ ਵਸਾ ਕੇ ਜਾਇਓ ਕਿ ਗੁਰਸਿੱਖ ਨੀਤ ਚਲੋ ਹੋਰ ਚੱਲੇ, ਤੇ ਗੁਰੂ ਦੀ ਚਾਲ ਤੇ ਚੱਲਣੇ ਗੁਰਸਿੱਖ ਮਿੱਤਰੋ। ਤੇ ਗੁਰੂ ਦੀ ਚਾਲ ਕੀ ਹੈ? ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾ। ਜੋ ਮੇਰਾ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨਣਾ ਸ਼ੁਰੂ ਕਰ ਦੇ। ਸਾਡਾ 550 ਸਾਲਾਂ ਮਨਾਇਆ ਸਫਲ ਹੈ ਜਦੋਂ ਤੁਸੀਂ ਗੁਰੂ ਨਾਨਕ ਦਾ ਕਿਹਾ ਮੰਨ ਕੇ ਉਸ ਰਾਹ ਤੇ ਚੱਲ ਪਓਗੇ, ਭਲਾ ਕਰਕੇ ਮੰਨਣਾ ਸ਼ੁਰੂ ਕਰ ਦਿਓਗੇ। ਤੇ ਸਾਧ ਸੰਗਤ ਫਿਰ ਗੁਰੂ ਅੱਗੇ ਅਰਦਾਸ ਕਰੀਏ ਨਾ, ਸੱਚੇ ਪਾਤਸ਼ਾਹ ਹਮ ਅੰਧਲੇ ਅੰਧ ਵੇਖੈ ਵਿਖਰਾਤੇ, ਕਿਉਂ ਚੱਲੇ ਗੁਰ ਚੱਲ, ਕਿਉਂ ਦਰਤੇ ਤੂੰ ਕਿਵੇਂ, ਮੈਂ ਕਿਵੇਂ ਚੱਲਾਂ ਤੇਰੀ ਚਾਲ ਸਤਿਗੁਰੂ, ਮੈਂ ਤਾਂ ਅੰਧਾਂ ਦਾ ਵੀ ਅੰਧਾ ਬਣਿਆ ਹੋਇਆ, ਮੈਂ ਵਿਕਾਰਾਂ ਵਿੱਚ ਰੱਤਿਆ ਹੋਇਆ, ਅੰਧਲੇ ਅੰਧ ਵੇਖੈ ਵਿਖਰਾਤੇ, ਕਿਉਂ ਚੱਲੇ ਗੁਰ ਚੱਲੀ। ਤੇ ਫਿਰ ਗੁਰੂ ਹੀ ਉਪਦੇਸ਼ ਦਿੰਦਾ, ਜਵਾਬ ਦਿੰਦੇ, ਕਹਿਣ ਲੱਗੇ ਪੁੱਤਰ ਨਹੀਂ, ਹਲੇ ਵੀ ਮੌਕਾ ਹੈ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ। ਜੇ ਗੁਰੂ ਦਇਆ ਕਰਦੇ, ਗੁਰੂ ਸੁੱਖਾਂ ਦਾ ਘਰ ਦੀ ਰਹਿਮਤ ਕਰਦੇ ਤੇ ਆਪਣੇ ਪੱਲੇ ਲਾ ਲਏ, ਆਪਣੇ ਲੜ ਲਾ ਲਏ, ਤੇ ਤੈਨੂੰ ਆਪਣੀ ਚਾਲ ਤੇ ਤੋਰ ਕੇ, ਤੈਨੂੰ ਸੱਚ ਦੇ ਮਾਰਗ ਤੇ ਤੋਰ ਕੇ ਇਸ ਮੰਜ਼ਿਲ ਤੱਕ ਪਹੁੰਚਾ ਸਕਦੇ, ਗੁਰੂ ਵਿੱਚ ਸਮਰੱਥ ਹੈ। ਇਸ ਲਈ ਭਾਈ ਆਓ ਇਹੀ ਅਰਦਾਸ ਕਰੀਏ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰਾ 550 ਸਾਲਾਂ ਮਨਾ ਰਹੇ ਹਾਂ, ਮੇਰੇ ਵਰਗੇ ਮੂਰਖ ਦੀ ਕੀ ਬਾਤ, ਤੇਰੇ ਨਾਲ ਜੁੜ ਕੇ ਤਾਂ ਕਰੋੜਾਂ ਅਪਰਾਧੀ, ਕਰੋੜਾਂ ਪਾਪੀ, ਕਰੋੜਾਂ ਵਿਕਾਰੀ ਕਰ ਗਏ, ਤੇ ਕਿਰਪਾ ਕਰ ਆਪਣੀ ਬਾਣੀ ਨਾਲ ਆਪਣੇ ਸਿਧਾਂਤ ਨਾਲ ਜੋੜ, ਤਾਂ ਕਿ ਮੇਰੇ ਵਰਗਾ ਜੀਵਨ ਵੀ ਜਨਮ ਮਰਨ ਦੇ ਗੇਟ ਚੋਂ ਨਿਕਲ ਕੇ ਤੇਰੇ ਦਰ ਨਾਲ ਜੁੜ ਕੇ ਬਿਲਕੁਲ ਸਫਲ ਕਰਕੇ ਜੀਵਨ ਦੀ ਯਾਤਰਾ ਜਾਵੇ। ਇਹੀ ਅਰਦਾਸ ਕਰੀਏ, ਮੈਂ ਮੂਰਖ ਕੀ ਕੇਤ ਵੱਧ ਹੈ, ਕੋਟ ਪ੍ਰਤੀ ਤਰਿਆ ਨੇ ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਦਰਵਾਸ ਨਾ ਭਰੇ। ਸਤਿਗੁਰ ਕਿਰਪਾ ਕਰਨਗੀ, ਇੰਨੀਆਂ ਕੁ ਵਿਚਾਰਾਂ ਕੁਰਬਾਨ ਕਰਨੀਆਂ। ਕੋਟਨ ਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਜਿਨ੍ਹਾਂ ਦੀ ਪਾਵਨ ਮੁਬਾਰਕ ਹਜ਼ੂਰੀ ਵਿੱਚ ਬੈਠ ਕਰ
ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨਵਾਦ ਹੈ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਇਕਾਗਰਤਾ ਦੇ ਨਾਲ ਵਿਚਾਰਾਂ ਨੂੰ ਸਰਵਣ ਕੀਤਾ। ਧੰਨਵਾਦ ਹੈ ਸਮੂਹ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ ਹੈ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ। ਸਾਧ ਸੰਗਤ ਦਾਸ ਵੱਲੋਂ ਪੰਥ ਦੇ ਮਹਾਨ ਕੀਰਤਨੀਏ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਜੋ ਉਚੇਚੇ ਤੌਰ ਤੇ ਪਹੁੰਚ